RSS ਦੇ ਚੀਫ ਕਹਿੰਦੇ ਹੈਗੇ ਸਾਡੇ ਇੰਟਰਵਿਊ ਵਿੱਚ ਕਿ ਸਿੱਖਾਂ ਨੂੰ ਅਸੀਂ ਧਰਮ ਨਹੀਂ ਮੰਨਦੇ RSS ਦੇ ਚੀਫ ਕਹਿੰਦੇ ਨੇ ਪੰਜਾਬ ਦੇ ਕਿ bizness ਦੇ ਉੱਤੇ ਇੱਕ ਤਰ੍ਹਾਂ ਦੋਨਾਂ ਨੇ ਇਲਜ਼ਾਮ ਲਾਇਆ ਕਿ ਸੁਖਵੀਰ ਬਾਦਲ ਬਿਜ਼ਨਸਮੈਨ ਨੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਟਰਾਂਸਪੋਰਟ ਟੀਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਿਹਾ ਇਲਜ਼ਾਮ ਲਾਇਆ ਕਿ ਸੁਖਵੀਰ ਬਾਦਲ ਹੋਰਾਂ ਦੇ ਕੰਮ ਅਕਾਲੀ ਦਲ ਭਾਜੀਪੀ ਦਾ ਗੱਠ ਜੋੜ ਦੇਖੋ ਮੌਕਾ ਪ੍ਰਸਤ ਸੀ ਜਿੱਥੇ ਸਿਧਾਂਤ ਹੀਣ ਸੀ ਜਾਂ ਵਿਚਾਰਧਾਰਕ ਸੀ ਅੱਛਾ ਇਹ ਜ਼ਰੂਰੀ ਸੀਗਾ ਕਿ ਨੈਸ਼ਨਲ ਪਾਰਟੀ ਨਾਲ ਗਠਜੋੜ ਹੋਵੇ ਨਾ ਹੋਵੇ ਫਿਰ ਕੀ ਹੈ ਦੇਖੋ ਇਹ ਲੋਕ ਤੁਹਾਡੇ ਵਿਰੋਧੀ ਕਹਿੰਦੇ ਨੇ ਕਿ ਬੀਜੇਪੀ ਦੀ ਤਾਂ ਪੈਰ ਹੀ ਨਹੀਂ ਲੱਗਣੀ ਸੀ ਇੱਥੇ ਤੁਸੀਂ ਲਵਾਏ ਬੀਜੇਪੀ ਨੰਦਪੁਰ ਮਤਵਿਰੋਧ ਕਰਦੀ ਸੀ ਨਾ ਕੀ ਵਿਚਾਰਧਾਰਕ ਤੌਰ ਤੇ ਤੁਹਾਨੂੰ ਉਹ ਸਮਝ ਨਹੀਂ ਆ ਰਿਹਾ ਜਿਹੜੀ ਤੁਸੀਂ ਹੁਣ ਕਰ ਰਹੇ ਹੋ ਕਿ ਕਾਂਗਰਸ ਤੇ ਬੀਜੇਪੀ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਦੇਖੋ ਮਾਫ ਕਰਨਾ ਮੇਰੀ ਗੱਲ ਦਾ ਬੁਰਾ ਨਾ ਮੰਨਣਾ ਨਾ ਮੈਂ ਕਿਸੇ ਦੀ ਤੋਹੀਨ ਦੇ ਤੌਰ ਤੇ ਕਹਿਣਾ ਪੰਜਾਬ ਨੂੰ ਤਾਂ ਅਦਾਲਤਾਂ ਨੇ ਵੀ ਇਨਸਾਫ ਨਹੀਂ ਦਿੱਤਾ ਅਕਾਲੀ ਦਲ ਡਾਇਰੈਕਟ ਮੋਦੀ ਤੇ ਅਟੈਕ ਨਹੀਂ ਕਰਦਾ ਜੀ ਜੀਪੀ ਤੇ ਅਟੈਕ ਕਰਦਿਆ ਜਾਂ ਸੈਂਟਰ ਗਵਰਨਮੈਂਟ ਕਹਿ ਦਿੰਦੇ ਆ ਸ਼ਬਦਾਂ ਚ ਟੋੜਾ ਸਾਹਿਬਲੇ ਆਰਐਸਐਸ ਨੇ ਅਪਰੋਚ ਕੀਤਾ ਸੀ ਟੋੜਾ ਸਾਹਿਬ ਨੂੰ ਕਿ ਸਾਨੂੰ ਮੰਦਰਾ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਟੋੜਾ ਸਾਹਿਬ ਦਾ ਜਵਾਬ ਵਿੱਚ ਜਦ ਆਰਐਸਐਸ ਦੇ ਬੰਦੇ ਆ ਨੇ ਇਹ ਅਪੀਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਜਿੱਥੇ ਮੂਰਤੀ ਪੂਜਨ ਹੋਊਗਾ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਉੱਥੇ ਕੇਸਰੀ ਝੂਲੂਗਾ ਤਾਂ ਬੀਜੇਪੀ ਨਾਲ ਕਦੇ ਵੀ ਲਾਇਸੈਂਸ ਨਹੀਂ ਹੋਊਗਾ ਮੈਂ ਕਹ ਤੁਸੀ ਇੱਕ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿਣਾ ਕੀ ਜੇ ਉਹ ਕੱਲ ਨੂੰ ਕਹਿਣ ਜੀ ਆਹ ਗਲਤੀਆਂ ਸਾਡੀਆਂ ਪਿਛਲੀਆਂ ਅਸੀਂ ਤੁਹਾਡੇ ਨਾਲ ਜ਼ਿਆਦਤੀਆਂ ਕੀਤੀਆਂ ਸਾਡੀਆਂ ਭੁੱਲਾਂ ਮਾਫ਼ ਕਰੋ ਫੇਰ ਵੀ ਪਾਰਟੀ ਕਨਸੀਡਰ ਕਰੂ ਹਮ ਸਮਝੌਤੇ ਨਹੀਂ ਹੋਣੇ ਯੋਹਰ ਹੱਜੜ ਕੇ ਕਹਿ ਦਨ ਗਲਤੀ ਹੋ ਗਈ ਨਹੀਂ ਇਕੱਠੇ ਹੋ ਜਾਨੇ ਮੇਰੀ ਗੱਲ ਛਡੋ ਇਕੱਠੇ ਹੋ ਜੂਗੇ ਨਹੀਂ ਨਹੀਂ ਕਿਉਂ ਗਲਤ ਇਕੱਠੇ ਹੋ ਜਾਗੇ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਰਾਜਨੀਤੀ ਚ ਕੁਝ ਵੀ ਸਥਾਈ ਨਹੀਂ ਹੁੰਦਾ ਪਲਕ ਝਪਕਦਿਆਂ ਹੀ ਚੀਜ਼ਾਂ ਬਦਲ ਜਾਂਦੀਆਂ ਨੇ ਰਾਜਨੀਤੀ ਦੇ ਰੰਗ ਅੱਜ ਹੋਰ ਤੇ ਕੱਲ ਹੋਰ ਅਕਾਲੀ ਦਲ ਤੇ ਬੀਜੇਪੀ ਜਿਨ੍ਹਾਂ ਨੂੰ ਕਦੇ ਨੌ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ ਅੱਜ ਇੱਕ ਦੂਜੇ ਤੇ ਵਿਅਕਤੀਗਤ ਹਮਲੇ ਵੀ ਕਰ ਰਹੇ ਨੇ ਵਿਚਾਰਧਾਰਕ ਹਮਲੇ ਵੀ ਕਰ ਰਹੇ ਨੇ ਕਿ ਕੱਲ ਨੂੰ ਇਹ ਫਿਰ ਇਕੱਠੇ ਹੋ ਜਾਣਗੇ ਕਿ ਪੋਸਟ ਪੋਲ ਅਲਾਈਅንስ ਵੀ ਹੋ ਸਕਦਾ ਹੈ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਗੁਰਚਰਨ ਸਿੰਘ ਟੋੜਾ ਦੇ ਨਾਲ ਰਹੇ ਮਹੇਸ਼ੇਂਦਰ ਸਿੰਘ ਗਰੇਵਾਲ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿ ਅਕਾਲੀ ਦਲ ਦਾ ਭਵਿੱਖ ਕੀ ਹੈ ਸਵਾਗਤ ਹੈ ਤੁਹਾਡਾ ਜੀ ਸ੍ਰੋ ਪੰਜਾਬ ਟੀਵੀ ਤੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਗਰਸਬ ਬੜੀ ਤੁਸੀਂ ਰਾਜਨੀਤੀ ਨੂੰ ਨੇੜਿਓਂ ਦੇਖਿਆ ਔਰ ਬਹੁਤ ਗੁੰਝਲਦਾਰ ਰਾਜਨੀਤੀ ਨੂੰ ਦੇਖਿਆ ਪੀਰੀਅਡ ਦੇਖਿਆ ਪੰਜਾਬ ਚ ਖੜਕੂਵਾਦ ਦੇ ਦੌਰ ਨੂੰ ਅਲਾਈਅੰਸ ਪੋਲਿਟਿਕਸ ਬਹੁਤ ਦੇਖੀ ਹੈਗੀ ਟੌੜਾ ਨੂੰ ਬੇਹਦ ਨੇੜਿਓਂ ਦੇਖਿਆ ਵੱਡੇ ਬਾਦਲ ਸਾਹਿਬ ਨੂੰ ਬਹੁਤ ਨੇੜਿਓਂ ਦੇਖਿਆ ਗੱਠ ਜੋੜ ਦੀ ਕੋਈ ਵਿਚਾਰਧਾਰਾ ਹੁੰਦੀ ਹੈ ਜਾਂ ਗਠਜੋੜ ਵਿਚਾਰਧਾਰਾਹੀਨ ਹੁੰਦਾ ਨਹੀਂ ਦੇਖੋ ਜੜ ਅਕਸਰ ਗਠਜੋੜ ਸਿਧਾਂਤਕ ਹੋਵੇ ਉਹ ਨਿਭ ਜਾਂਦੇ ਨੇ ਜਿਹੜੇ ਅਪਰਚੂਨਿਸਟ ਗਠਚੋੜ ਹੁਣ ਨਿਭਦੇ ਨਹੀਂ ਹੁੰਦੇ ਉਹ ਟੈਂਪਰੇਰੀ ਫੇਜ਼ਸ ਹੁੰਦੇ ਨੇ ਇੱਕ ਦੂਜੇ ਨੂੰ ਲਾਭ ਪਹੁੰਚਾਉਣ ਲਈ ਜਾਂ ਇੱਕ ਦੂਜੇ ਦਾ ਲਾਭ ਲੈਣ ਲਈ ਹੁੰਦੇ ਨੇ ਅਕਾਲੀ ਦਲ ਭਾਜੀਪੀ ਦਾ ਗਠਜੋੜ ਦੇਖੋ ਮੌਕਾਪ੍ਰਸਤ ਸੀ ਜਾਂ ਸਿਧਾਤਹੀਨ ਸੀ ਜਾਂ ਵਿਚਾਰਧਾਰਕ ਸੀ ਦੇਖੋ ਸ਼ਰੋਮਣੀ ਅਕਾਲੀ ਦਲ ਦੇ ਲਈ ਬੜੀ ਸਪਸ਼ਟ ਸਿੱਧੀ ਸੋਚ ਹੈ ਕਿ ਨੈਸ਼ਨਲ ਪਾਰਟੀ ਲਈ ਜਦ ਵੀ ਉਹਨੇ ਕਦੇ ਅਲਾਈਅንስ ਕਰਨਾ ਉਹ ਜਿਹੜੀ ਕੋਈ ਵੀ ਕਾਂਗਰਸ ਤੋਂ ਬਿਨਾਂ ਪਾਰਟੀ ਹੋ ਉਹਦੇ ਨਾਲ ਕਰ ਸਕਦਾ ਕਿਉਂਕਿ 1984 ਦੇ ਸਾਕੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਤਰ੍ਹਾਂ ਕਾਂਗਰਸ ਦੇ ਨਾਲ ਮੁੜ ਕੇ ਨੇੜਤਾ ਕਰ ਨਹੀਂ ਸਕਦਾ ਉਸ ਤੋਂ ਬਾਅਦ ਸੰਕਲਪ ਬਣਿਆ ਨੈਸ਼ਨਲ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਹਿਲਾ ਅਲਾਈਅንስ ਹੋਇਆ ਸਾਡਾ ਕੋਲੀਸ਼ਨ ਹੋਈ ਉਹ ਸ਼ਰੀਆ ਟਾਲ ਬਹਿਰੀ ਆਵਾਜ਼ ਪਈ ਨਾਲ ਹੋਈ ਅਨ ਕੰਡੀਸ਼ਨਲ ਸਪੋਰਟ ਦਿੱਤੀ ਅਨ ਕੰਡੀਸ਼ਨਲ ਸਪੋਰਟ ਦਿੱਤੀ ਪਰ ਉਹਦੇ ਵਿੱਚ ਇੱਕ ਵੱਡਾ ਗੱਲ ਸੋਚ ਸੀ ਕਿ ਪੰਜਾਬ ਬਹੁਤ ਵੱਡੇ ਸੰਤਾਪ ਚੋਂ ਲੰਘਿਆ ਸੀਗਾ ਫਿਰ ਕਿਹਾਂ ਚ ਫਰਕ ਪੈ ਚੁੱਕਾ ਸੀਗਾ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਸੀਗੇ ਭਾਈ ਚਾਰਕ ਸਾਂਝ ਨੂੰ ਬਹਾਲ ਕਰ ਲਈਏ ਜ਼ਰੂਰੀ ਸੀਗਾ ਕਿ ਅਸੀਂ ਕਿਸੇ ਕੋਲੀਸ਼ਨ ਦਾ ਹਿੱਸਾ ਬਣਦੇ अच्छा इज जरूरी सीगा कि नेशनल पार्टी ना गट जोड होवी ना होवे फिर की आगा देखो क्योंकि लोग ਤੁਹਾਡੇ ਵਿਰੋਧੀ ਕਹਿੰਦੇ ਨੇ ਕਿ ਬੀਜੇਪੀ ਦੀ ਤਾਂ ਪੈਰ ਹੀ ਨਹੀਂ ਲੱਗਣੇ ਸੀ ਇੱਥੇ ਤੁਸੀਂ ਲਵਾਏ ਨੇ ਪੰਜਾਬ ਨਾਲ ਦਗਾ ਹਮੇਸ਼ਾ ਹੁੰਦਾ ਰਿਹਾ ਤੁਸੀਂ ਦੇਖੋ ਜਦ ਪੰਜਾਬੀ ਸੂਬਾ ਬਣਿਆ ਜੀ ਫਰੀਹੀ ਤਾਂ ਗੱਲ ਹੈ ਕਿ ਦਿੱਲੀ ਦਰਬਾਰ ਤੁਸੀਂ ਕਹਿੰਦੇ ਹੋ ਦਿੱਲੀ ਸ਼ਬਦ ਵਰਦੇ ਦਿੱਲੀ ਦਿੱਲੀ ਚ ਕਾਂਗਰਸ ਤੇ ਬੀਜੇਪੀ ਦੋਵੇਂ ਨੇ ਮੈਂ ਅੱਜ ਦੇਖੋ ਅੱਜ ਅਜੋ ਵੀ ਉਹ ਨਹੀਂ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਮੈਂ ਤਾਂ ਉੱਥੇ ਹੀ ਆ ਰਿਹਾ ਨਾ ਪਿੱਛੇ ਆਉਣਾ ਥੋੜਾ ਜਿਹਾ ਕਿ ਮੈਂ ਆਪਾਂ ਥੋੜਾ ਜਿਹਾ ਪਿੱਛੇ ਆਉਣਾ ਮੈਨੂੰ 1 ਮਿੰਟ ਥੋੜਾ ਜਿਹਾ ਮੈਂ ਪਿੱਛੇ ਆ ਜਾਂਦਾ 1 ਸ ਜਾਦੂ 1997 ਵਿੱਚ ਮੈਂ ਚੁਣ ਕੇ ਗਿਆ ਮidan ਸਭਾ ਇਥੇ ਉਥੇ ਕਾਂਗਰਸ ਦੀ ਲੀਡਰ ਆਫ اپੋਜੀਸ਼ਨ ਸੀ ਮਿਸੇਜ ਰਜਿੰਦਰ ਘਰ ਬੱਟਟਰ ਤੇ ਗੱਲ ਹੋਈ ਕਿ ਪੰਜਾਬ ਨੂੰ ਚੰਦੀ ਯਾਨੀ ਨਹੀਂ ਮਿਲਦਾ ਤੇ ਉਹਨਾਂ ਨੇ ਬੜਾ ਹਲਕਾ ਜਿਹਾ ਮਜ਼ਾਕ ਕੀਤਾ ਕਿ ਤੁਸੀਂ ਤਾਂ ਜਿਆਦਾ ਲੈਣਾ ਸੀ ਚੰਦੀ ਯਾਰ ਤਾਂ ਸੰਤ ਜੀਤ ਆਉਤੋ ਇੰਗਲੈਂਡ ਚਲੇ ਗਏ ਮੈਂ ਫਿਰ ਉਹਨਾਂ ਨੂੰ ਉਥੇ ਜਵਾਬ ਚ ਦੱਸਿਆ ਸੀਗਾ ਕਿ ਜੇ ਤੁਸੀਂ ਹਿਸਟਰੀ ਦੇਖੋ ਜਾਦੇ ਹੈ ਰੈਜ਼ੋਲੂਸ਼ਨ ਪੰਜਾਬੀ ਸੂਬੇ ਦੀ ਕ੍ਰੀਏਸ਼ਨ ਦਾ ਪਾਰਲੀਮੈਂਟ ਵਿੱਚ ਪਾਸ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਬੋਲੇ ਸੀਗੇ ਤੇ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਦੀ ਸਪੀਚ ਦਾ ਕਨਕਲੂਡਿੰਗ ਪੈਰਾ ਕੀ ਹੈ ਕਿ ਆਈ ਹਿਅਰਬਾਈ ਔਨ ਬਿਹੈਫ ਆਫ ਸ਼੍ਰੋਮਣੀ ਅਕਾਲੀ ਦਲ ਇਨ ਪਰਸੂਐਂਸ ਟੂ ਦੀ ਰੈਜ਼ੋਲੂਸ਼ਨ ਪਾਸਡ ਬਾਈ ਦੀ ਐਗਜ਼ੀਕਟਿਵ ਆਫ ਸ਼੍ਰੋਮਣੀ ਅਕਾਲੀ ਦਲ do hereby reject this resolution for creation of punjabi suba in the present form unless or until the shromani uh, unless or until the government of india amends this act in pursuance to the resolution of bark committee of shromani akali dal akalis will not accept this dekho akali dal bharosa kar da reya apna tu tannu samajh aa gaya ki bjp te congress ikoje ne ਇਆ ਕੇ ਸਮਝ ਇੱਕੋ ਸਿੱਕੇ ਦੇ ਦੋਨੋਂ ਪਾਸੇ ਕਰ ਲੋ ਜਦ ਪੰਜਾਬ ਤੇ ਬਹੁਤ ਪਰਦੇ ਲਿਖਦੇ ਹੋ ਸਰ ਜਦ ਪੰਜਾਬ ਦੀ ਗੱਲ ਹੁੰਦੀ ਆ ਜਦ ਥੋੜਾ ਜ ਆ ਜਾਣਾ ਮੈਂ ਉੱਥੇ ਆ ਰਿਹਾ ਆਨੰਦਪੁਰ ਸਾਹਿਬ ਦੇ ਮੱਤੇ ਦੇ ਪੱਖ ਚੋਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਤੁਹਾਨੂੰ ਇੱਥੇ ਵੀ ਤੁਹਾਡੇ ਲਈ ਛੋਟਾ ਜਿਹਾ ਜਵਾਬ ਦੇ ਦੂੰ ਮੈਂ ਅੱਗੇ ਹਾਂ ਨਹੀਂ ਤੁਹਾਨੂੰ ਇਸੇ ਤੋਂ ਤੁਹਾਡਾ ਵੱਡਾ ਜਵਾਬ ਦੱਸਦਾ ਜਾਦ ਧਰਮ 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 ਜਦ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਉਹ ਵੀਡੀਓ ਵਾਇਰਲ ਹੋਈ ਹੈ ਤੇ ਉਹ ਤੁਹਾਡੇ ਵੀ ਕੋਲ ਆਈ ਹੋਣੀ ਹੈ ਸਰਦਾਰ ਸੁਖਜਿੰਦਰ ਸਿੰਘ ਸਵਰਗਵਾਸੀ ਹੂੰ ਸਟੇਜ ਤੇ ਬੋਲਦੇ-ਬੋਲਦੇ ਖਾਲਿਸਤਾਨ ਦੀ ਡਿਮਾਂਡ ਕੀਤੀ ਤੇ ਉਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਟੇਜ ਸੈਕਟਰੀ ਸੀ ਜਦ ਸਟੇਜ ਤੇ ਸੰਤਰਚੰਦ ਸਿੰਘ ਜੀ ਵੀ ਬੈਠੇ ਸੀ ਹਮਮ ਸ਼੍ਰੀਮਾਨ ਸੰਤ ਜਰਨੈਲ ਸਿੰਘ ਵੀ ਬੈਠੇ ਸੀ ਤੇ ਉਹਨਾਂ ਨੇ ਬਹੁਤ ਸਪਸ਼ਟ ਗੱਲ ਕਹੀ ਸਟੇਜ ਸੈਕਟਰੀ ਨੇ ਕਿ ਖਾਲਿਸਤਾਨ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਨਹੀਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰੀ ਮਤੇ ਦੇ ਮੁਤਾਬਕ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਮਦਈ ਹੈ ਉਹਦੀ ਮੰਗ ਕਰਦਾ ਤੇ ਉਹ ਸਾਡਾ ਏਜੰਡਾ ਹੈ ਹੁਣ ਸਵਾਲ ਸੁਣ ਲਓ ਬੀਜੇਪੀ ਨੰਦਪੁਰ ਦੇ ਮੱਧ ਵਿਰੋਧ ਕਰਦੀ ਸੀ ਦੇਖੋ ਬੀਜੇਪੀ ਨੇ ਤਾਂ ਇੱਕ ਸਟੇਜ ਤੇ ਜਾ ਕੇ ਜਨ ਸੰਗ ਸੀ ਗਿਆ ਪੰਜਾਬੀ ਸੂਬੇ ਦਾ ਵੀ ਵਿਰੋਧ ਕੀਤਾ ਸੀ ਬੀਜੇਪੀ ਨੰਦਪੁਰ ਮੱਧ ਵਿਰੋਧ ਕਰਦੀ ਸੀ ਨਾ ਹਾਂ ਨਹੀਂ ਸਾਰੇ ਹਿੰਦੁਸਤਾਨ ਕਰਦਾ ਸੀ ਉਦੋਂ ਤਾਂ ਸਾਨੂੰ ਅਕਾਲੀ ਦਲ ਨੂੰ ਅਤਵਾਦੀ ਕਿਹਾ ਸੀ ਉਹ ਵੀ ਕਹਿ ਰਹੇਗਾ ਕੀ ਵਿਚਾਰਧਾਰਕ ਤੌਰ ਤੇ ਤੁਹਾਨੂੰ ਉਹਦਾ ਸਮਝ ਨਹੀਂ ਆ ਰਿਹਾ ਜਿਹੜੀ ਤੁਸੀਂ ਹੁਣ ਕਰ ਰਹੇ ਹੋ ਕਿ ਕਾਂਗਰਸ ਤੇ ਬੀਜੇਪੀ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਅੱਜ ਸਾਡਾ ਸੰਤਾਪ ਕੀ ਰਿਹਾ ਹੈ ਕਿ ਪੰਜਾਬ ਨੂੰ ਜਿਹੜੇ ਲੰਬਾ ਅਰਸਾ ਕਾਂਗਰਸ ਦੇ ਲੋਕ ਨੁਮਾਇੰਦਾ ਵੀ ਕਰਦੇ ਰਹੇ ਉਹ ਵੀ ਪੰਜਾਬ ਪ੍ਰਤੀ ਇਮਾਨਦਾਰ ਨਾ ਰਹੇ ਹੁਣ ਤੁਸੀਂ ਦੱਸ ਕਿ ਜੇ ਮਿਸੇਜ ਇੰਦਰਾ ਗਾਂਧੀ ਤੋਂ ਨਾ ਸੱਤ ਲੋ ਜਮਨਾ ਲਿੰਕ ਦਾ ਟੱਕ ਨਾ ਲੱਗਦਾ ਤੇ ਰੌਲਾ ਤਾਂ ਨਾ ਪੈਂਦਾ ਇੱਕ ਪਾਸੇ ਟੱਕ ਲਵਾ ਕੇ ਕਿ ਦੂਜੇ ਪਾਸੇ ਕਿ ਦੂਜੇ ਪਾਸੇ ਰਜੀਵ ਲੋਂਗਵਾਲਸ ਮੇਤਤਾ ਨਹੀਂ ਹੋਣਾ ਚਾਹੀਦਾ ਸੁਣੋ ਉਹਦੇ ਪੱਖੇ ਹੋ ਗੋਦੀਆਂ ਤੁਸੀਂ ਮੈਂ ਉਹੀ ਗੱਲ ਕੀਤੀ ਹੈ ਮੈਂ ਕਿਹਾ ਮੈਂ ਤਾਂ ਕਾਂਗਰਸ ਨੂੰ ਇਹ ਸਵਾਲ ਵੀ ਕਰਦਾ ਮੈਂ ਮਿਸੇ ਸੋਨੀਆ ਗਾਂਧੀ ਨੂੰ ਵੀ ਕਰਦਾ ਕਿ ਤੁਹਾਤੋਂ ਰਜੀਵ ਗਾਂਧੀ ਤੋਂ ਕੋਈ ਨੇੜੇ ਨਹੀਂ ਸੀ ਉਹਨੂੰ ਅਕਾਲੀ ਦਲ ਨੇ ਐਜ਼ ਅਕਾਲੀ ਦਲ ਇਨ ਟੋਟੈਲਿਟੀ ਐਕਸੈਪਟ ਨਹੀਂ ਕੀਤਾ ਪਰ ਤੁਸੀਂ ਤਾਂ ਆਪਣੇ ਘਰ ਵਾਲੇ ਦੀਆਂ ਸਵਰਗੀਏ ਪਤੀ ਦੀਆਂ ਵਿਸ਼ੇਸ ਨੂੰ ਆਨਰ ਕਰਦੇ ਨਾ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਸੋਇਆ ਸੀ ਕਿ ਇੱਕ ਪੋਲੀਟੀਕਲ ਪਾਰਟੀ ਦੇ ਮੁਖੀ ਤੇ ਗਵਰਨਮੈਂਟ ਆਫ ਇੰਡੀਆ ਵਿੱਚ ਘਰ ਸਮਝੌਤਾ ਹੋਇਆ ਤੇ ਜਿਹਦੇ ਚ ਟਾਈਮ ਆਊਟ ਪ੍ਰੋਗਰਾਮ ਰੱਖਿਆ ਗਿਆ ਕਿ 26 ਜਨਵਰੀ 19586 ਨੂੰ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੋ ਰਾਜਤਾ ਨਹੀਂ ਨਹੀਂ ਦਿੱਤੀ ਗਈ ਬਈ ਮੈਂ ਉਹ ਐਸਆਈਐਲ ਕੱਢਣ ਦਾ ਜ਼ਿਕਰ ਵੀ ਸੀ ਉਹ ਉਹ ਪੂਰੀ ਕਰਤੀ ਉਹ ਪੂਰੀ ਕਰਦੇ ਤੇ ਤੁਹਾਨੂੰ ਲੱਗਦਾ ਨਹੀਂ ਫਿਰ ਉਹ ਸਮਝਾਉਂਦਾ ਠੀਕ ਨਹੀਂ ਸੀ ਨਹੀਂ ਨਹੀਂ ਸੌ ਦੱਸੋ ਉਹ ਸਮਝਾਉਤੇ ਵਿੱਚ ਜਿਹੜੀ ਇਮਾਨਦਾਰੀ ਨਾਲ ਕੀਤਾ ਜਾਂਦਾ ਸਮਝੋਤੇ ਦਾ ਨੁਕਸਾਨ ਨਹੀਂ ਸੀ ਮੈਂ ਐਸਾ ਮੰਨਦਾ ਪਹਿਲਾ ਸੀ ਸਭ ਤੋਂ ਪਹਿਲਾ ਸੀ ਚੰਡੀਗੜ੍ਹ ਦੂਸਰਾ ਸੀ ਕਿ ਐਸ ਔਨ 5 ਜੁਲਾਈ 1985 ਜਿਹੜਾ ਜਿਹੜਾ ਸੂਬਿਆਂ ਨੂੰ ਪਾਣੀ ਜਾਂਦਾ ਏਵੈਲਿਊਏਟ ਕੀਤਾ ਜਾਊ ਫਿਰ ਉਦੋਂ ਬਾਅਦ ਇਹ ਅਸੈਸ ਕੀਤਾ ਜਾਊਗਾ ਕਿ ਕਿਸੇ ਸਟੇਟ ਕੋਲ ਐਕਸੈਸ ਪਾਣੀ ਹੈ ਜੇ ਐਕਸੈਸ ਹੋਊ ਤਾਂ ਉਹਦੀ ਕੁਆਂਟੀਟੀ ਤੇ ਕੁਆਂਟਮ ਵੈਰੀਫਾਈ ਕਰਕੇ ਉਹ ਪ੍ਰੋਪੋਰਸ਼ਨੇਟਲੀ ਵੰਡਿਆ ਜਾਊ ਤੇ ਉਦੋਂ ਵਾਝੇ ਹੋਊਗਾ ਸਰਪਲਸ ਦਾ ਨਹਿਰ ਬਣੂ ਨਾ ਪਾਣੀ ਦੇਖਿਆ ਗਿਆ ਹੈ ਨਾ ਉਹਦੀ ਕੁਆਂਟੀਟੀ ਨਾਪੀ ਗਈ ਸਤਲ ਨੂੰ ਜਮਨਾ ਲਿੰਕ ਕੱਟਦੀ ਦੇਖੋ ਮਾਫ ਕਰਨਾ ਮੇਰੀ ਗੱਲ ਦਾ ਬੁਰਾ ਨਾ ਮੰਨਣਾ ਨਾ ਮੈਂ ਕਿਸੇ ਦੀ ਤੋਹਫੀ ਨਹੀਂ ਦੇ ਤੌਰ ਤੇ ਕਹਿਣਾ ਪੰਜਾਬ ਨੂੰ ਤਾਂ ਅਦਾਲਤਾਂ ਨੇ ਵੀ ਇਨਸਾਫ ਨਹੀਂ ਦਿੱਤਾ ਕਦੇ ਫਿਰ ਜੋ ਨਹੀਂ ਹੋਇਆ ਸੀਗਾ ਉਹਨਾਂ ਨੇ ਪੰਜਾਬ ਨੇ ਜਦੋਂ ਜਿਆਦਾ ਮਿਹਰ ਕੱਢੀ ਸੀ ਸਰਕਾਰ ਤੋੜੀ ਸੀ ਜਦੋਂ ਜਦੋਂ ਲੈਂਡ ਦੀ ਲੈਂਡ ਦੀ ਨੋਟੀਫਿਕੇਸ਼ਨ ਹੋਈ ਹੈਗੀ ਮੈਂ ਤੁਹਾਨੂੰ ਦੱਸਦਾ ਬਿਲਕੁਲ ਨਹੀਂ ਲੈਂਡ ਦੀ ਨੋਟੀਫਿਕੇਸ਼ਨ ਪਾਰਸ਼ਲ ਸਾਡੇ ਵੇਲੇ ਹੋਈ ਹੈ ਪਹਿਲਾਂ ਹੋ ਚੁੱਕੀ ਸੀ ਪਰ ਮੈਂ ਇੱਕ ਤੁਹਾਨੂੰ ਗੱਲ ਦੱਸ ਦਿੰਨਾ ਤਾਂ ਉਹ ਕੱਢਣ ਦੀ ਲੋੜ ਨਹੀਂ ਸੀ ਤੁਸੀਂ ਉਹ ਨਹੀਂ ਕਰ ਸਕਦੇ ਸੀ ਅਸੀਂ ਡੀ ਨੋਟੀਫਾਈ ਕੀਤੀ ਨਾ ਡੀ ਨੋਟੀਫਾਈ ਤਾਂ ਅਸੀਂ ਬੰਦ ਅਸੀਂ ਬੰਦ ਵੀ ਕੀਤੀ ਨਹੀਂ ਨਹੀਂ ਮੇਰੀ ਗੱਲ ਸੁਣੋ ਜੇ ਤੁਸੀਂ ਕੱਢਦੇ ਨਾ ਡੀ ਨੋਟੀਫਾਈ ਕਰਨ ਦੀ ਲੋੜ ਹੀ ਨਹੀਂ ਪਈ ਸੀ ਮੈਂ ਤਾਂ ਉਹੀ ਗੱਲ ਕਹਿਣਾ ਹੈ ਕਿ ਜੇ ਜਿਹੜੀ ਲੈਂਡ ਤੇ ਐਪੋਜੀਸ਼ਨ ਹੋਈ ਆ ਜੇ ਮੁੱਖ ਮੰਤਰੀ ਦੀ ਨੋਟੀਫਿਕੇਸ਼ਨ ਮੇਰੇ ਕੋਲ ਆ ਗਈ ਜਿਹੜੀ ਲੈਂਡ ਦੀ ਐਪੋਜੀਸ਼ਨ ਹੋਈ ਜੇ ਮੁੱਖ ਮੰਤਰੀ ਤੁਹਾਡੇ ਟਾਈਮ ਹੋਈ ਮੁੱਖ ਮੰਤਰੀ ਟੱਕ ਨਾ ਲਾਉਂਦੇ ਤੇ ਫਿਰ ਵਾਟਰ ਟਰਮੀਨੇਸ਼ਨ ਸਮਝੌਤੇਆਂ ਦਾ ਐਕਟ ਵੀ ਪਾਸ ਕਰਨ ਦੀ ਲੋੜ ਨਹੀਂ ਸੀ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਪਹਿਲੀ ਟੱਕ ਲਾਉਣ ਵਾਲੇ ਬੰਦੇ ਤਾਂ ਮੰਨ ਹੀ ਰਹੇ ਆ ਆਪਾਂ ਤੁਸੀਂ ਮੰਨ ਰਹੇ ਹੋਗੇ ਕਿ ਟੱਕ ਲਾਉਣ ਵਾਲੇ ਤੇ ਵਿਰੋਧੀ ਪੰਜਾਬ ਸੀਗੇ ਤੁਸੀਂ ਤਾਂ ਲੜਾਈ ਲੜਨ ਵਾਲੇ ਸੀ ਨਾ ਐਸੀ ਲੜਾਈ ਤੁਹਾਡੀ ਸਰਕਾਰ ਚ ਘਟੂ ਘਟ ਲੈਂਡ ਜਿਹੜੀ ਐਸਵਾਈਐਲ ਦੀ ਲੈਂਡ ਐਕੁਇਜੀਸ਼ਨ ਆ ਤੁਹਾਨੂੰ ਉਹ ਤੁਹਾਡੇ ਤਾਂ ਸਮੇਂ ਹੋਈ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਯਾਦਵਿੰਦਰ ਜੀ ਮੇਰਾ خیال ਤੁਹਾਡੀ ਯਾਦਿਸ਼ਤ ਮੇਰੇ ਨਾਲੋਂ ਵੀ ਸ਼ਾਇਦ ਪੁਰਾਣੀ ਜਾਂਦੀ ਹੋਵੇ ਜਦ ਆਨੰਦਪੁਰ ਸਾਹਿਬ ਰਜੀਵ ਲੰਗੋਵਾਲ ਅਕੋਰਡ ਨੂੰ ਵਰਕਿੰਗ ਕਮੇਟੀ ਜਪਟ ਕੀਤਾ ਗਿਆ ਹੂੰ ਉਦੋਂ ਬਾਦਲ ਸਾਹਿਬ ਤੇ ਟੋੜਾ ਸਾਹਿਬ ਤੇ ਇਲਜ਼ਾਮ ਵੀ ਲੱਗਿਆ ਕਿ ਉਹਨਾਂ ਨੇ ਅਕਾਲੀ ਲੀਡਰਸ਼ਿਪ ਦੇ ਖਿਲਾਫ ਸੰਤ ਸਰਜਨ ਸਿੰਘ ਦੇ ਖਿਲਾਫ ਵਿਦਰੋਹ ਕੀਤਾ ਪਰ ਉਹਨਾਂ ਦੋਨਾਂ ਦੀ ਪ੍ਰੈਸ ਕਾਨਫਰੰਸ ਕੀ ਕਹਿੰਦੀ ਸੀ ਕਿ ਸਾਨੂੰ ਸੈਂਟਰ ਦੀ ਸੋਚ ਤੇ ਤੇ ਸੈਂਟਰ ਦੀ ਨੀਅਤ ਤੇ ਸ਼ੱਕ ਹੈ ਇਸ ਕਰਕੇ ਅਸੀਂ ਇਸ ਸਮਝੌਤੇ ਨੂੰ ਇਨ ਪ੍ਰਿੰਸੀਪਲੀ ਐਕਸੈਪਟ ਨਹੀਂ ਕਰਦੇ ਠੀਕ ਹੈ ਨਾ ਐਂਡ ਉਦੋਂ ਬਾਅਦ ਤੁਸੀਂ ਦੇਖ ਲੋ ਕਿ ਫਿਰ ਤੁਹਾਡੀ ਸਰਕਾਰ ਚ ਕਿਉਂ ਲੈ ਨਹੀਂ ਸੁਣ ਸਾਡੀ ਫਿਰ ਤੇ ਵਿਰੋਧ ਕਰ ਦੇਣਾ ਸੀਗੀ ਮੇਰੀ ਗੱਲ ਤਾਂ ਸੁਣੋ ਨਾ ਜੀ ਮੇਰੀ ਗੱਲ ਉਹੀ ਤਾਂ ਮੈਂ ਗੱਲ ਤੁਹਾਨੂੰ ਕਹਿਣਾ ਕਿ ਉਦੋਂ ਬਾਅਦ ਜਿਹੜੇ ਪੋਲੀਟੀਕਲ ਹਾਲਾਤ ਆਏ ਉਹ ਤੁਸੀਂ ਸਾਰੇ ਦੇਖੇ ਹੂੰ ਕਿ ਜਿਸ ਸਰਕਾਰ ਚ ਅਕਾਲੀ ਦਲ ਦੀ ਸਰਕਾਰ ਚ ਹੋਇਆ ਉਹ ਅਕਾਲੀ ਦਲ ਦੀ ਸਰਕਾਰ 'ਚ ਵੀ ਸਪਲੀਟ ਹੋਣੀ ਪਈ ਸਿਧਾਂਤਕ ਅਕਾਲੀ ਦਲ ਦੀ ਸੋਚ ਕਰਕੇ ਹੂੰ ਤੇ ਉਹ ਜਦ ਸਪਲੀਟ ਤੋਂ ਬਾਅਦ ਅਕਾਲੀ ਦਲ ਨੇ ਉਹਨੂੰ ਆਊਟ ਰੇਟਲੀ ਕਦੇ ਉਹਨੂੰ ਅੱਗੇ ਇੱਕ ਇਟ ਨਹੀਂ ਲੱਗਣ ਦਿੱਤੀ ਸਭ ਤੋਂ ਪਹਿਲਾਂ ਬਾਦਲ ਸਾਹਿਬ ਦੀ ਗਵਰਨਮੈਂਟ ਨੇ ਆ ਕੇ ਸਟੈਪ ਕੀ ਲਿਆ ਕਿ SYL ਡਿਪਾਰਟਮੈਂਟਰੀ ਡਿਸਬੈਂਡ ਕੀਤਾ ਰੋਕੀ ਸਮਝੋ ਹੈ ਜੀ ਤੇ ਉਹ ਦੂਸਰੀ ਗੱਲ ਮੈਂ ਜਿਹੜੀ ਇਹ ਕਹਿਣੀ ਚਾਹੁੰਦਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਦੇਵੀ لال ਉਹਦੋਂ ਬਿਆਨ ਦੇ ਦਿੰਦੇ ਸੀ ਅਕਸਰ ਬਿਆਨ ਹੁੰਦਾ ਕਿ ਦੇਵੀ لال ਬਿਆਨ ਦੇ ਦਿੰਦੇ ਸੀ ਬਾਦਲ ਸਾਹਿਬ ਮੇਰੇ ਦੋਸਤ ਨੇ ਮੈਂ ਅਪੀ ਕਰਵਾ ਲੂੰਗਾ ਮੇਰੀ ਗੱਲ ਉਹ ਦੇ ਹੀ ਜਾਣ ਬਿਆਨ ਦੇ ਸੀ ਨਾ ਪਰਸਨਲ ਕੁਐਸ਼ਨ ਔਨ ਰਿਕਾਰਡ ਨਹੀਂ ਉਹ ਸਾਰੀਆਂ ਚੀਜ਼ ਨਹੀਂ ਪਰਸਨਲ ਕੁਐਸ਼ਨ ਤੇ ਪੰਜਾਬ ਦੇ ਇੰਟਰਸਟ ਬੜੇ ਸਪਸ਼ਟ ਨੇ ਬਾਦਲ ਸਾਹਿਬ ਦਾ ਮੋਦੀ ਸਾਹਿਬ ਪੈਰੀ ਲਾ ਕੇ ਹੱਥ ਲਾ ਕੇ ਵੀ ਸਤਿਕਾਰ ਕਰਦੇ ਆ ਸਜਾਤ ਸਧਾਂਤ ਤੱਕ ਬਿਕਰੇ ਆ ਵੀ ਆਇ ਕੀਤਾ ਨਾ ਬਿਕਰੇ ਤੇ ਬੀਜੇਪੀ ਕੋ ਸਿੱਕੇ ਦੇ ਦੋ ਪਹਿਲੂ ਨੇ ਤੁਹਾਡੇ ਮੁਤਾਬਕ ਹੁਣ ਅੰਡਰਸਟੈਂਡਿੰਗ ਆ ਜਿਹੜਾ ਪੰਜਾਬ ਅਸੈਂਬਲੀ ਚ ਜੋ ਕੁਝ ਹੋਇਆ ਇਹ ਕਿਉਂ ਹੋਇਆ ਤੁਸੀਂ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਗੱਠ ਜੋੜ ਚ ਤੇ ਪੋਲਿਟਿਕਸ ਆਫ ਕਨਵੀਨੀਅੰਸ ਇੱਕ ਸ਼ਬਦ ਹੁੰਦਾ ਹੈ ਉਹ ਚੱਲਦਾ ਉਹ ਪੋਸਟ ਪੋਲ ਐਸ ਹੋ ਸਕਦਾ ਨਹੀਂ ਦੇਖੋ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜਿੰਨੇ ਹੁਣ ਦੂਰੀਆਂ ਹੋ ਚੁੱਕੀਆਂ ਨੇ ਨਾ ਹੁਣ ਨੇਟ ਤੱਕ ਗੱਲ ਇਹ ਗੱਲ ਤੁਸੀਂ ਔਨ ਰਿਕਾਰਡ ਕਹਿ ਰਹੇ ਹਾਂ ਹਫਤੇ ਕਹਿ ਰਹੇ ਹਾਂ ਜਾਂ ਮਹੇਸ਼ਿੰਦਰ ਗਰੇਵਾਲ ਕਹਿ ਰਿਹਾ ਜਾਂ ਕਾਲੀ ਦਲ ਕਹਿ ਰਿਹਾ ਔਨ ਰਿਕਾਰਡ ਇਹ ਗੱਲ ਮਹੇਸ਼ਿੰਦਰ ਗਰੇਵਾਲ ਕਹਿ ਰਿਹਾ ਸ਼੍ਰੋਮਣੀ ਕਾਲੀ ਦਲ ਕਹਿ ਰਿਹਾ ਔਨ ਰਿਕਾਰਡ ਐਜ਼ ਅ ਸਪੋਕਸਪਰਸਨ ਆਫ ਅਕਾਲੀ ਦਲ ਕਹਿ ਰਿਹਾ ਕਦੇ ਘਟ ਚੁੜ ਨਹੀਂ ਹੋਊਗਾ ਜੇ ਹੋਊਗਾ ਤਾਂ ਅਸੀਂ ਕੱਢ ਕੇ ਚਲਾਵਾਂਗੇ ਦੇਖੋ ਮੈਂ ਇਹ ਹਾਈਪੋਥੈਟੀਕਲ ਕੁਐਸਚਨ ਹੈ ਜਾਂ ਤੁਹਾਨੂੰ ਕਹਦਾ ਨਹੀਂ ਹੋਊਗਾ ਉਹ ਤੋਂ ਬਾਅਦ ਮੈਂ ਕਹਿੰਦਾ ਤੁਸੀਂ ਬਿਮਾਰ ਹੀ ਨਹੀਂ ਹੋਗੇ ਤੁਸੀਂ ਕਹੋ ਜੇ ਬਿਮਾਰ ਹੋਗੇ ਤਾਂ ਮੇਰਾ ਇਲਾਜ ਕਰਾਂਗਾ ਮੈਂ ਕਹਿੰਦਾ ਤੁਸੀਂ ਬਿਮਾਰ ਹੀ ਨਹੀਂ ਹੋਣਾ ਅਸੀਂ ਮੇਰੀ ਗੱਲ ਸੁਣੋ ਤਾਂ ਐ ਹੋਇਆ ਦੇਖੋ ਕੇਜਰੀਵਾਲ ਨੇ ਦਿੱਲੀ ਚ ਕਿਹਾ ਸੀ ਨਹੀਂ ਹੋਊਗਾ ਬਾਅਦ ਚ ਕਾਂਗਰਸ ਨਾਲ ਗੱਠ ਜੋੜ ਲਿਆ ਦੇਖੋ ਕੇਜਰੀਵਾਲ ਕਹਿੰਦਾ ਸੀ ਗੱਠ ਜੋੜ ਨਹੀਂ ਹੋਊ ਬੱਚਿਆਂ ਦੀ ਸੌਂ ਲੱਗੇ ਬਾਅਦ ਚ ਗੱਠ ਜੋੜ ਕਰ ਲਿਆ ਇੱਕ ਮੇਰੀ ਗੱਲ ਸੁਣੋ ਪੋਲਿਟੀਕਲ ਪਾਰਟੀਆਂ ਇਹ ਨਹੀਂ ਹੁੰਦੀਆਂ ਮੈਂ ਤਾਂ ਕਹਿ ਰਿਹਾ ਮੇਰੀ ਇੱਕ ਗੱਲ ਪੋਲਿਟੀਕਲ ਪਾਰਟੀਆਂ ਦੀ ਹਿਸਟਰੀ ਹੈ ਇਹ ਇਸ ਦੇਸ਼ ਦੀ ਮੇਰੀ ਇੱਕ ਗੱਲ ਸੁਣੋ ਕੇਜਰੀਵਾਲ ਦੇ ਨਾਲ ਅਕਾਲੀ ਦਲ ਦੀ ਸੋਚ ਨਾਲੋਂ ਉਹ ਇਮੋਸ਼ਨਸ ਚੋਂ ਇੱਕ ਨਵੀਂ ਨਿਕਲੀ ਪਾਰਟੀ ਆ ਜਿਹਦਾ ਕੋਈ ਇਤਿਹਾਸ ਨਹੀਂ ਹੈ ਸ਼ਰੋਮਣੀ ਅਕਾਲੀ ਦਲ ਡੇਢ ਮਹੀਨੇ ਬਾਅਦ 100 ਸਾਲ ਪੁਰਾਣੀ ਪਾਰਟੀ ਬਣ ਰਿ ਤਾਂ ਭਾਜਪੀ ਨਾਲ ਕਦੇ ਵੀ ਲਾਇਸ ਨਹੀਂ ਹੋਊਗਾ ਮੈਂ ਕਿਹਾ ਤੁਸੀਂ ਇੱਕ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿਣਾ ਕਿ ਜੇ ਉਹ ਕੱਲ ਨੂੰ ਕਹਿਣ ਜੀ ਆਹ ਗਲਤੀਆਂ ਸਾਡੀਆਂ ਪਿਛਲੀਆਂ ਅਸੀਂ ਤੁਹਾਡੇ ਨਾਲ ਜ਼ਿਆਦਤੀਆਂ ਕੀਤੀਆਂ ਸਾਡੀਆਂ ਭੁੱਲਾਂ ਮਾਫ ਕਰੋ ਫੇਰ ਵੀ ਪਾਰਟੀ ਕਨਸੀਡਰ ਕਰੂ ਹਮ ਸਮਝੌਤੇ ਨਹੀਂ ਹੋਣੇ ਤੁਸੀਂ ਇੱਕ ਗੱਲ ਗੁਰਮੁਖੀ ਚ ਵਿਸਾ ਲੋ ਮੰਚ ਕਿ ਸ਼ਰੋਮਣੀ ਅਕਾਲੀ ਦਲ ਫੋਰ ਦੀ ਸੇਕ ਆਫ ਅਚੀਵਿੰਗ ਪਾਵਰ ਵਿਲ ਨੈਵਰ ਮੇਕ ਐਨ ਅਨਹੋਲੀ ਕੰਪਰੋਮਾਈਜ਼ ਵਿਦ ਐਨੀ ਪਾਰਟੀ ਕਨਸੀਡਰ ਕੀ ਕਰੋਗੇ ਹੈਣੇ ਜੋ ਹੱਥ ਜੋੜ ਲੈਣ ਕੀ ਕਨਸਿਡਰ ਕਰੋਗੇ ਨਹੀਂ ਕਨਸਿਡਰ ਉਹਦੇ ਦੇਖਾਂਗੇ ਕੀ ਕਹਿੰਦੇ ਹੱਥ ਜੋੜ ਕੇ ਅਸੀਂ ਤਾਂ ਉਹਨਾਂ ਨੂੰ ਹੁਣ ਕਿਹਾ ਸੀਗਾ ਕਿ ਅਸੀਂ ਜੇ ਤੁਸੀਂ ਸਾਡਾ ਸਾਥ ਚਾਹੁੰਦੇ ਹੋ ਤੁਸੀਂ ਜੋ ਹੱਥ ਜੋੜ ਕੇ ਕਹਿਦਨ ਗਲਤੀ ਹੋਗੀ ਨਹੀਂ ਇਕੱਠੇ ਹੋ ਜਾਨੇ ਮੇਰੀ ਗੱਲ ਸੁਣੋ ਇਕੱਠੇ ਹੋ ਜਾਂਗੇ ਨਹੀਂ ਨਹੀਂ ਕਿਉਂ ਗਲਤ ਇਕੱਠੇ ਹੋ ਜਾਾਂਗੇ ਜਿਹੜੀਆਂ ਜ਼ਿਆਤੀਆਂ ਕੀਤੀਆਂ ਅੰਡੂ ਕਰਨੀਆਂ ਪੈਣਗੀਆਂ ਕਿਰਸਾਨੀ ਦਾ ਬਿੱਲ ਹੁਣ ਕਾਊਂਟ ਟੋਲਰੇਟ ਕਰੂਗਾ ਜੀ ਜੇ ਅੱਜ ਅਸੀਂ ਉਸ ਲਈ ਪਾਵਰ ਛੱਡਦੇ ਆਂ ਤੇ ਕੱਲ ਨੂੰ ਇਹੀ ਬਿੱਲ ਉਹ ਗਵਰਨਮੈਂਟ ਕੰਟੀਨਿਊ ਕਰੇ ਤੇ ਅਸੀਂ ਉਹਨਾਂ ਦੇ ਨਾਲ ਪਾਵਰ ਛੋ ਜਾਾਂਗੇ ਕਸ਼ਮੀਰ ਚ ਪੰਜਾਬੀ ਬੰਦ ਕਰ ਦੇਣ ਅੰਗਰੇਜ਼ੀ ਲਾਗੂ ਕਰ ਦੇਣ ਕਿਉਂ ਅਸੀਂ ਟਾਇਲਟ ਕਰਾਂਗੇ ਜਿਹੜੇ ਜਿਹੜੀ ਰਿਆਸਤ ਸਰਦਾਰ ਮਹਾਰਾਜਾ ਰਣਜੀਤ ਸਿੰਘ ਦਾ ਅਹਿਸਾਰਿਆ ਜੀ ਦੀ ਆਫੀਸ਼ੀਅਲ ਲੈਂਗੁਏਜ ਪੰਜਾਬੀ ਰਹੀ ਹੈ ਉੱਥੇ ਸਿਰਫ ਇਹਸ ਕਰਕੇ ਕਿ ਇਹਨੂੰ ਸਿੱਖ ਬੋਲਦੇ ਨੇ ਤੇ ਪੰਜਾਬੀ ਬੋਲਦੇ ਨੇ ਇਹਨੂੰ ਉਹ ਲਾ ਕੇ ਤੇ ਅੰਗਰੇਜ਼ੀ ਬਣਾਉਣੇ ਨਹੀਂ ਹੁੰਦੇ ਪਰ ਆਰਸਿਸ ਦੇ ਮੁਖੀ ਨਾਲ ਅਸੀਂ ਇੱਕ ਇੰਟਰਵਿਊ ਕੀਤਾ ਬ੍ਰਿਜ ਭੂਸ਼ਣ ਸਿੰਘ ਵੀ ਅੱਧੀ ਪੰਜਾਬ ਚ ਮੁਖੀ ਨੇ ਆਰਸਿਸ ਦੇ ਸਿੱਖ ਨਹੀਂ ਉਹਨਾਂ ਨੇ ਕਿਹਾ ਕਿ ਹਰ ਸਿਮਰਤ ਬਾਦਲ ਤਾਂ ਘਰੇ ਸੀ ਨਾ ਜੇ ਆਰਡੀਨੈਂਸਾਂ ਸਮੱਸਿਆ ਸੀ ਕაბਨੇਟ 'ਚ ਬੈਠਦੇ ਸੀ ਕਿਉਂ ਨਹੀਂ ਦੱਸਿਆ ਆ ਕੇ ਹਰ ਸਿਮਰਤ ਬਾਦਲ ਦੱਸ ਸਕਦੇ ਸੀ ਵੀਰ ਬਾਦਲ ਨੂੰ ਕਹਿੰਦੇ ਘਰ ਦਾ ਮਸਲਾ ਕੋਈ ਜੋ ਤਰਨ ਜੁਗ ਨੇ ਕਿਹਾਗਾ ਉਹੀ ਉਹਨਾਂ ਨੇ ਕਿਹਾ ਸੁਣੋ ਉਹਨਾਂ ਦਾ ਘਰ ਦਾ ਮਸਲਾ ਫਿਰ ਨਾ ਤਾਂ ਮੇਰੇ ਖਿਆਲ ਤਰਨ ਜੁਗ ਜੀ ਨੂੰ ਪਤਾ ਨਾ ਆਰਐਸਐਸ ਦੇ ਅਚੀ ਬੇਦੀ ਸਭ ਨੂੰ ਪਤਾ ਜਿਸ ਦਿਨ ਇਹ ਆਰਡੀਨੈਂਸ ਆਏ ਐਗਰੀਕਲਚਰ ਆਰਡੀਨੈਂਸ ਸਰਕੂਲੇਟ ਨਹੀਂ ਹੋਏ ਅਬੀ ਬਾਹਰ ਸਿਮਰਤ ਨੂੰ ਜਿਹੜਾ ਤੁਹਾਡਾ ਐਸੈਂਸ਼ੀਅਲ ਕਮੋਡਿਟੀਜ਼ ਵਾਲਾ ਸੀਗਾ ਇਹ ਫੂਡ ਐਂਡ ਪ੍ਰੋਸੈਸਿੰਗ ਮਿਨਿਸਟਰੀ ਨੂੰ ਤੱਲਕ ਰੱਖਦਾ ਸੀ ਇਹ ਆਇਆ ਜਿਆਦਾ ਆਇਆ ਤਾਂ ਉਹਨਾਂ ਨੇ ਆਪਣੇ ਸੋਰਸਸ ਤੋਂ ਪਤਾ ਕੀਤਾ ਕਿ ਇਹ ਕਿਸ ਕਨੈਕਸ਼ਨ ਚ ਹੈ ਤੋਂ ਪਤਾ ਲੱਗਿਆ ਕਿ ਇਹ ਐਗਰੀਕਲਚਰ ਰਿਫਾਰਮਸ ਬਿਲ ਵੀ ਕੋਈ ਲਿਆ ਰਹੇ ਨੇ ਹੁਣ ਮੈਂ ਤਾਂ ਉਹਦੀ ਐਕਸੈਸ ਨਹੀਂ ਹੈਗੀ ਹੂੰ ਕਿਉਂਕਿ ਸੀਕਰੇਸੀ ਐਕਟ ਆ ਗਵਰਨਮੈਂਟ ਆਫ ਇੰਡੀਆ ਦਾ ਪਰ ਜੋ ਮੈਨੂੰ ਪਤਾ ਲੱਗਿਆ ਤੇ ਜੋ ਮੈਨੂੰ ਦੱਸਿਆ ਗਿਆ ਤੇ ਜੋ ਮੈਂ ਟੈਲੀਵਿਜ਼ਨ ਤੇ ਮਾਧਿਮ ਰਾਹੀਂ ਬੀਬਾ ਹਰਸਿਮਰਦ ਦੇ ਮੂੰਹ ਤੋਂ ਆਪ ਸੁਣਿਆ ਉਹਨਾਂ ਦਾ ਇਸ ਫਾਈਲ ਤੇ ਨੋਟ ਆ ਆਰਡੀਨੈਂਸ ਵਾਲੀ ਤੇ ਕਿ ਇਹ ਆਰਡੀਨੈਂਸ ਜਾਰੀ ਕਰਨ ਤੋਂ ਪਹਿਲਾਂ ਸਟੇਕ ਹੋਲਡਰਜ਼ ਨੂੰ ਕੰਫੀਡੈਂਸ ਵਿੱਚ ਲਿਆ ਜਾਵੇ ਹੂ ਆਰ ਦੀ ਸਟੇਕ ਹੇਲਡਰਸ ਦੀ ਫਾਰਮਰਸ ਹੂੰ ਫਿਰ ਉਹਨਾਂ ਨੇ ਲਿਆ ਕੰਫੀਡੈਂਸ ਅੱਛਾ ਜੇ ਹੁਣ ਬੀਬਾ ਹਰਸਿਮਰਦ ਦੀ ਇਹ ਗੱਲ ਉਹ ਸਮਝਦੇ ਆ ਕਿ ਇਹ ਹੁਣ ਨਿਕਲਣ ਤੋਂ ਬਾਅਦ ਕਰ ਰਹੇ ਆ ਫਾਈਲ ਦਾ ਉਹਨਾਂ ਕੋਲ ਹੈ ਹੂੰ ਉਹ ਦਿਖਾ ਦੇਣ ਕਿ ਬੀਬਾ ਨੇ ਨਹੀਂ ਲਿਖਿਆ ਝੂਠਾ ਪਾ ਦੇਣ ਪਰ ਹੁਣ ਕਾਫੀ ਬੀਜੇਪੀ ਅੱਜਕਲ ਤੁਹਾਡੇ ਖਿਲਾਫ ਬੋਲ ਰਹੀ ਹੈ ਪਰਸਨਲੀ ਵੀ politically ਵੀ ਆਰਐਸਐਸ ਦੇ ਚੀਫ ਕਹਿੰਦੇ ਨੇ ਪੰਜਾਬ ਦੇ ਕਿ ਬਿਜ਼ਨਸ ਦੇ ਉੱਤੇ ਇੱਕ ਤਰ੍ਹਾਂ ਦੋਨਾਂ ਨੇ ਇਲਜ਼ਾਮ ਲਾਇਆ ਕਿ ਸੁਖਵੀਰ ਬਾਦਲ ਬਿਜ਼ਨਸਮੈਨ ਨੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਹੀਆ ਟਰਾਂਸਪੋਰਟ ਟੀਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਿ ਇਲਜ਼ਾਮ ਲਾਇਆ ਕਿ ਸੁਖਵੀਰ ਬਾਦਲ ਹੋਰਾਂ ਦੇ ਕੰਮ ਨੇ ਬਿਜ਼ਨਸ ਕਰਨਾ ਡਿਸਕਵਾਲਿਫਿਕੇਸ਼ਨ ਹੈ ਕਿਹੜੇ ਜਿਹੜਾ ਪੋਲੀਟੀਕਲ ਆਦਮੀ ਨੇ ਪੋਲੀਟਿਕਸ ਕਰਨੀ ਹੈ ਤੇ ਜਿਹੜੇ ਪਾਰਟੀ ਨੇ ਪਾਰਟੀ ਚਲਾਉਣੀ ਹੈ ਉਹਨੂੰ ਨਾਲ ਬਿਜ਼ਨਸ ਕਰਨਾ ਡਿਸਕਵਾਲਿਫਿਕੇਸ਼ਨ ਹੈ। ਟਰਾਂਸਪੋਰਟ ਅੱਜ ਬਾਦਲ ਸਾਹਿਬ ਦੀ 80 ਸਾਲ ਪੁਰਾਣੀ ਹੈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਉਮਰ ਨਹੀਂ 80 ਸਾਲ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਸੇ ਸਧਾਰਨ ਜੱਟ ਦਾ ਮੁੰਡਾ ਨਹੀਂ ਹੈ। ਉਹ ਜ਼ਿਮੀਦਾਰ ਦਾ ਮੁੰਡਾ ਜੀ ਜਿਹਨਾਂ ਕੋਲ ਹੋਲਡਿੰਗਸ ਹੀ ਲੈਂਡ ਦੀ। ਜਿਨ੍ਹਾਂ ਕੋਲ ਸਾਬੇ ਜਾਇਦਾਦ ਸੀਗੇ ਮੈਂ ਕਿਸੇ ਦਾ ذاتی ਨਾ ਨਹੀਂ ਲੈਂਦਾ ਇਹਨਾਂ ਕੋਲ ਤਾਂ ਅੱਧੇ ਤੋਂ ਵੱਧ ਪੋਲਿਟਿਕਲ ਹੋਣੇ ਜਿਨ੍ਹਾਂ ਕੋਲ 20 ਸਾਲ ਪਹਿਲਾਂ ਰੋਟੀਆਂ ਵੀ ਨਹੀਂ ਸੀ ਪੱਕੀਆਂ ਤੇ ਹੁਣ ਮੌਜਾਂ ਕਰਦੇ ਨੇ ਉਹ ਨਾਕੋ ਨਹੀਂ ਲੈਣਾ ਚਲੋ ਮੈਂ ਪਰਸਨਲ ਨਹੀਂ ਗੱਲ ਕਰਨੀ ਕਿਉਂਕਿ ਜਿੰਨਾਂ ਚਿਰ ਅਗਲੇ ਨੂੰ ਰਿਵਰਟ ਕਰਨ ਦਾ ਮੌਕਾ ਨਾ ਹੋਵੇ ਉਹਨਾਂ ਚਿਰ ਕਿਸੇ ਦੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਕਿਉਂ ਆਏ ਉਹਨਾਂ ਨੂੰ ਹੁਣ ਲੱਗ ਗਿਆ ਪਹਿਲਾਂ ਤਾਂ ਤੁਹਾਡੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਗੱਲ ਕਿ ਜੋ ਤੁਸੀਂ ਅਲਾਈਂਸ ਅਲਾਈਂਸ ਹੁੰਦੇ ਸੀ ਕਾਲੀ ਦਲ ਦੇ ਉਹ ਤਾਂ ਬੋਲਦੇ ਨਹੀਂ ਸੀ ਹੁਣ ਕਿਉਂ ਬੋਲਣ ਲੱਗੇ ਤੁਹਾਨੂੰ ਕੀ ਲੱਗਦਾ ਹੈ ਚਲੋ ਦੇਖੋ ਗੱਲ ਸੁਣੋ ਉਹਨਾਂ ਨੇ ਜੋ ਚਾਹੁੰਦਾ ਉਹਨਾਂ ਨੂੰ ਕਹਿ ਲੈਣ ਸ਼ਰੋਮਣੀ ਅਕਾਲੀ ਦਾ ਲੈਵ ਜੀਆਂ ਗੱਲਾਂ ਤੋਂ ਕਦੇ ਨਾ ਝਿਜਕੂਗਾ ਡਰੂਗਾ ਨਾ ਇਹਨਾਂ ਨਾਲ ਆਪਣੀ ਕਦੇ ਕਮਿਟਮੈਂਟ ਬਦਲੂਗਾ ਸ਼ਰੋਮਣੀ ਅਕਾਲੀ ਦਲ ਦੀ ਜੋ ਸੋਚ ਹੈ ਜੋ ਅਕਾਲੀ ਦਲ ਦੀ ਪਾਲਿਸੀ ਹੈ ਜੋ ਪ੍ਰੋਗਰਾਮ ਹੈ ਉਹਨਾਂ ਨਾਲ ਨਿਡਰਤਾ ਨਾਲ ਆਪਣੀ ਪੈਰਵੀ ਕਰਦਾ ਹੋਇਆ ਪੰਜਾਬ ਤੇ ਪੰਥ ਦੀ ਗੱਲ ਹਮੇਸ਼ਾ ਬਣੂਗਾ ਦੇਖੋ ਪੰਜਾਬ ਪੰਜਾਬੀ ਸੂਬਾ ਵੀ ਇਹਨਾਂ ਨੇ ਇਸ ਕਰਕੇ ਮੋਰਚਾ ਲਾਇਆ ਕਿ ਰਾਜ ਕਰਨਾ ਚਾਹੁੰਦੀ ਸੀ ਇਹ ਮੈਂ ਇੱਕੋ ਗੱਲ ਮੈਜੋਰਟੀ ਨੂੰ ਬਗਣਾਉਣਾ ਚਾਹੁੰਦੀ ਸੀ ਇਹ ਆਰਐਸਐਸ ਦੇ ਚੀਫ ਕਹ ਰਹੇ ਨੇ ਮੈਂ ਇੱਕੋ ਗੱਲ ਉਹਨਾਂ ਨੂੰ ਪੁੱਛਦਾ ਕਿ ਅਸੀਂ ਅਬੋਰ ਫਾਜ਼ਲ ਕਾ ਮੰਗਦੇ ਸੀ ਉੱਥੋਂ ਕਦੇ ਪਾਗ ਵਾਲਾ ਐਮਐਲਏ ਨਹੀਂ ਚੁਣਿਆ ਗਿਆ ਅਸੀਂ ਚੰਡੀਗੜ੍ਹ ਮੰਗਦੇ ਆ ਕਿ ਜਿੱਥੋਂ ਕਦੇ ਪਾਗ ਵਾਲਾ ਐਮਪੀ ਨਹੀਂ ਬਣਿਆ ਕਿਉਂ ਨਹੀਂ ਸਾਨੂੰ ਦਿੰਦੇ ਜਦ ਦੂਜੇ ਸੂਬੇ ਬੋਲੀ ਦੇ ਆਧਾਰ ਤੇ ਬਣੇ ਤੇ ਕਿਉਂ ਪੰਜਾਬੀ ਬੋਲੀ ਦੇ ਆਧਾਰ ਤੇ ਕਿਉਂ ਨਾ ਬਣੇ ਅਸੀਂ ਅਸੀਂ ਐਓ ਲੋਕ ਜਿਹੜੇ ਕਹਿ ਰਹੇ ਸੀਗੇ ਕਿ 1951 ਦੇ ਸੈਂਸਸ ਦੇ ਬੇਸਿਸ ਤੇ ਪੰਜਾਬੀ ਲੈਂਗੁਏਜ ਜਿਹੜੇ ਏਰੀਆ ਚ ਬੋਲ ਰਹੀ ਆ ਉਹਨਾਂ ਨੂੰ ਪੰਜਾਬੀ ਬੋਲਦਾ ਇਲਾਕਾ ਡਿਕਲੇਅਰ ਕਰਕੇ ਪੰਜਾਬੀ ਸੂਬਾ ਬਣਾਓ ਇਹ ਲੋਕ ਨੇ ਜਿਨ੍ਹਾਂ ਨੇ ਉਹ 51 ਤੋਂ ਲੈ ਕੇ 61 ਤੱਕ ਸੈਂਸਸ ਵਿੱਚ ਬੋਲੀ ਚੇਂਜ ਕਰਾਈ ਪੰਜਾਬੀ ਦੀ ਥਾਂ ਹਿੰਦੀ ਲਿਖਾਈ ਪੰਜਾਬ ਨੂੰ ਛੋਟਾ ਬਣਾਇਆ ਪਰ ਉਹ ਤਾਂ ਕਹਿੰਦੇ ਗੁਰੂ ਗੋਬਲਕਰ ਆਏ ਅਸੀਂ ਤਾਂ ਕਿਹਾ ਮਾਂ ਬੋਲੀ ਪੰਜਾਬੀ ਸਭ ਲਈ ਮੈਂ ਮੈਂ ਗੱਲ ਤੁਸੀਂ ਮੈਂ ਤਾਂ ਦੇਖੋ ਮੈਂ ਤਾਂ ਉਦੋਂ ਮਾਈਨਰ ਸੀ ਪਰ ਇਤਿਹਾਸ ਦੇਖ ਲੋ 1951 ਚ ਕਿੰਨੇ ਪੰਜਾਬੀ ਸਪੀਕਿੰਗ ਲੋਕ ਐ ਇੱਥੇ ਤੇ 1965 ਵਾਲੇ ਕਿੰਨੇ ਨੇ ਉਹਨਾਂ ਨੇ ਪੰਜਾਬੀ ਸੂਬਾ ਬਣਨ ਲਈ ਕਾਂਗਰਸ ਨੇ ਤੇ ਐਂਟੀ ਪੰਥਕ ਸੋਚਿਆ ਨੇ ਐਂਟੀ ਪੰਜਾਬੀ ਬੋਲ ਸੋਚਿਆ ਨੇ ਜੋ ਗੁਨਾਹ ਕਰ ਸਕਦੇ ਸੀ ਕੀਤੇ ਪਰ ਇਹ ਗੱਲ ਇਹ ਨਹੀਂ ਇਹਨਾਂ ਲੋਕ ਤੁਸੀਂ ਜਿਹੜਾ ਕਹਿੰਦੇ ਹੋ ਆਰਐਸਐਸ ਬੀਜੇਪੀ ਬਾਰੇ ਜਿਹੜਾ ਕਹਿ ਰਹੇ ਹੋ ਕਿ ਇਹ ਲੋਕ ਹਿੰਦੀ ਲਿਖਾ ਰਹੇ ਸੀ ਆਪਣੀ ਭਾਸ਼ਾ ਨਹੀਂ ਕਾਂਗਰਸ ਵੀ ਵਿੱਚ ਸੀ ਦੇਖੋ ਉਹ ਕਾਂਗਰਸ ਤਾਂ ਕਾਂਗਰਸ ਤਾਂ ਆਲਰੇਡੀ ਤਾਂ ਉਦੋਂ ਇਹ ਪੋਲਿਟੀਕਲ ਇਨਸਟ੍ਰੈਟ ਹੈ ਸੀ ਕਿ ਕਾਂਗਰਸ ਦੇ ਦੇਖੋ ਉਦੋਂ ਉਹ ਜਿਹੜਾ ਡੈਮ ਮੈਂ ਤੁਹਾਨੂੰ ਤਾਂ ਹੀ ਕਹਣਾ ਦਿੱਲੀ ਚ ਕੋਈ ਵੀ ਬੈਠਾ ਦਿੱਲੀ ਪੰਜਾਬ ਲਈ ਬੇਈਮਾਨ ਰਹੀ ਹੈ ਉਦੋਂ ਕਾਂਗਰਸ ਬੈਠੀ ਸੀ ਇਹ ਗਲਤ ਉਹੀ ਹੈ ਗਰੇਵਾਲ ਸਾਹਿਬ ਪਿਛੇ 15 ਸਾਲਾਂ ਤੋਂ 20 ਸਾਲਾਂ ਤੋਂ ਤੁਸੀਂ 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 ਗਰੇਵਾਲ ਸਾਹਿਬ ਬਲ ਤੁਹਾਡੀ ਬਿਲਕੁਲ ਠੀਕ ਹੋ ਤੁਸੀਂ ਇੱਕ ਗੱਲ ਸੁਣੋ ਕਾਂਗਰਸ ਬਾਰੇ ਤਾਂ ਸਭੀ ਟੋਕ ਬਾਰੇ ਤੁਹਾਡੀ ਲਾਈਨ ਆਲਰੇਡੀ ਹੈ ਕਿ ਕਾਂਗਰਸ ਮਾੜੀ ਆ ਦੇਖੋ ਪਹਿਲੀ ਤੁਸੀਂ ਕਲੀਅਰ ਹੋ ਤੁਸੀਂ ਆਜ਼ਾਦੀ ਤੋਂ ਬਾਅਦ ਹੀ ਕਲੀਅਰ ਹੋ ਗਿਆ ਅਕਾਲੀ ਦਲ ਦੀ ਕਲੈਰਿਟੀ ਹੋ ਗਈ ਕਾਂਗਰਸ ਬਾਰੇ ਤੁਹਾਡੀਆਂ ਲੜਾਈਆਂ ਚ ਬੀਜੇਪੀ ਦੀ ਲੋਚਨਾ ਮੈਂ ਕਹਿ ਰਿਹਾਗਾ ਕਿ ਕੀ ਇਹ ਪੋਲਿਟਿਕਸ ਆਫ ਕਨਵੀਨੀਅੰਸ ਆ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਲੋਕ ਵੀ ਮਾੜੇ ਸੀਗੇ ਮੈਂ ਤੁਹਾਨੂੰ ਇੱਕ ਗਾਇ ਕਿ ਕਦੇ ਪੋਲਿਟਿਕਸ ਆਫ ਕਨਵੀਨੀਅੰਸ ਨਹੀਂ ਅਕਾਲੀ ਦਲ ਨੇ ਖੇਡੀ ਜੇ ਅਕਾਲੀ ਦਲ ਪੋਲਿਟਿਕਸ ਆਫ ਕਨਵੀਨੀਅੰਸ ਖੇਡਦਾ ਅਕਾਲੀ ਦਲ ਹਮੇਸ਼ਾ ਪਾਵਰ ਦੀ ਇੰਜੋਏ ਕਰਦਾ ਹੈ ਅਕਾਲੀ ਦਲ ਨੇ ਹਮੇਸ਼ਾ ਪ੍ਰਿੰਸੀਪਲਸ ਪਹਿਲਾਂ ਰੱਖੇ ਨੇ ਪਾਵਰ ਬਾਅਦ ਚ ਰੱਖੀ ਹੈ ਕਦੇ ਸਿਧਾਂਤਾਂ ਨਾਲ ਕੰਪਰੋਮਾਈਜ਼ ਨਹੀਂ ਕੀਤਾ ਇਹ ਜਦੋਂ ਭਾਜਪਾ ਸੱਤਾ ਚਾਹੀ ਤਾ ਤੁਹਾਨੂੰ ਇਹ ਨਹੀਂ ਲੱਗਿਆਗਾ ਕਿ ਧਾਰਾ 25ਬੀ ਦੀ ਅਸੀਂ ਗੱਲ ਕਰਦੇ ਸੀ ਇਹਨਾਂ ਤੋਂ ਮੰਨਵਾ ਲਈਏ ਜਾਂ ਕਿਉਂ ਨਹੀਂ ਮੰਨਦੇ ਅਸੀਂ ਅਸੀਂ ਆਨੰਦ ਮੈਰਿਜ ਐਕਟ ਬਣਵਾਇਆ ਅਸੀਂ ਕਿਹਾ ਕਿ ਇਹ ਧਾਰਾ 25ਬੀ ਵਾਲੀ ਐਮੈਂਡਮੈਂਟ ਹੋ ਜਾਏ ਗੱਲ ਸਾਰੀ ਸਾਰੀ ਕਹਾਣੀ ਕਲੀਅਰ ਹੋ ਜਾਣੀ ਆ ਸੁਣੋ ਅਸੀਂ ਨਹੀਂ ਇਹਨਾਂ ਕੋਲ ਗਏ ਤਾਂ ਹੋਵਗੇ ਤੁਸੀਂ ਨਹੀਂ ਉਹਦੇ ਨਾਲ ਉਹ ਤੁਹਾਨੂੰ ਪਤਾ ਲੱਗਿਆ ਹੋਊ ਵੀ ਇਹ ਸੱਚੇ ਅਸੀਂ ਸੁਣੋ ਅਸੀਂ ਕਾਂਗਰਸ ਤੇ ਭਾਜਪਾ ਇੱਕੋ ਹੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਿਤੇ ਦੋ ਪਹਿਲੇ ਅਸੀਂ ਅਸੀਂ ਉਹਨਾਂ ਨੂੰ ਕਈ ਗੱਲਾਂ ਕੀਤੀਆਂ ਕਈ ਗੱਲਾਂ 'ਚ ਉਹ ਲਟਕਾਉਂਦੇ ਰਹੇ ਤੋੜ ਕੇ ਜਵਾਬ ਨਹੀਂ ਦਿੱਤਾ ਜਿਵੇਂ ਕਦੇ ਕਹਿੰਦੇ ਸੀ ਤਾਰਾ 25 ਵੀ ਖਤਮ ਕਰ ਦਾਂਗੇ ਦੇਖੋ ਡਿਸਕਸ ਸਾਰੀਆਂ ਹੋਈਆਂ ਉਹਨਾਂ ਨੂੰ ਕਲੀਅਰ ਸਪਸ਼ਟ ਕੀਤਾ ਗਿਆ ਸੀਗਾ ਕਿ ਇਹ ਤੁਸੀਂ ਕਹਿ ਕੇ ਕਿ ਸਿੱਖ ਸਾਰੇ ਹਿੰਦੂਸ ਤੁਸੀਂ ਇਨਸਲਟ ਕਰਦੇ ਹੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਲੋਂ ਖਾਲਸਾ ਕੀਤਾ ਹਥਿਆਰ ਹੋਏ ਨੂੰ ਚੈਲੰਜ ਕਰਦੇ ਹੋ ਇਹ ਐਕਸੈਪਟੇਬਲ ਗੱਲ ਨਹੀਂ ਸਿੱਖ ਸਾਰੇ ਡਿਫਰੈਂਟ ਆਇਡੈਂਟੀਟੀ ਐਂਡ ਇਹ ਕਦੇ ਵੀ ਕਿਸੇ ਦਾ ਹਿੱਸਾ ਨਹੀਂ ਹੋ ਸਕਦੀ ਤੇ ਮੈਂ ਇਹ ਵੀ ਇੱਕ ਦੋ ਵਾਰ ਕਿਹਾ ਉਹਨਾਂ ਨੂੰ ਮੈਂ ਕਿਹਾ ਕਿ ਐਵਰੀ ਬੋਡੀ ਹੂ ਬੌਰਨਸ ਇਨ ਦ ਆਨ ਦਸ ਅਰਥ ਇਜੇ ਸਿੱਖ ਬਾਈ ਬਰਥ ਫਿਰ ਜਦੋਂ ਨਹੀਂ ਮੰਨਦੇ ਸੀ ਗੁਰਿਆ ਸਾਹਿਬ ਦੇਖੋ ਖਾਲੇ ਹੁੰਦੀ ਆ ਬੰਦੇ ਨਹੀਂ ਸੀਗੇ ਤੋੜ ਵਿਛੋੜੇ ਉਦੋਂ ਹੁੰਦੇ ਆ ਜਦ ਫਾਈਨਲ ਬ੍ਰੇਕਾ ਹੋ ਜਾਂ ਜਿਵੇਂ ਹੁਣ ਆ ਸੁਣੋ ਆ ਫਾਰਮ ਫਾਰਿਕ ਸਵਾਲ ਸੁਣੋ ਛੋਟਾ ਜਿਹਾ ਅਲਾਈਅੰਸ ਕਿੰਨਾ ਕਦੋਂ ਕਿਹੜੇ ਸਾਲ ਚ ਹੋਇਆ 96 ਚ ਹੋਇਆ ਸਾਡਾ ਅਲਾਈਅੰਸ ਪਹਿਲੀ ਵਾਰ ਹੈ ਭਾਜੀਪੀ ਨਾ 96 ਜਾਨਸੰਗ ਨਾਲ ਪਹਿਲਾ ਬੀਜਪੀ ਨਾ 96 ਚ ਹੋਇਆ 96 ਤੋਂ ਆਪਾਂ ਚੱਲ ਪਏ 96 ਤੋਂ 2020 ਠੀਕ ਸਰਕਾਰ ਉਦੋਂ ਰਹੀ 96 ਤੋਂ ਬਾਅਦ ਵਿੱਚ ਟੁੱਟੀ ਬਣੀ ਟੁੱਟੀ ਬਣੀ ਨਹੀਂ ਉਦੋਂ ਪਹਿਲਾਂ ਤਾਂ ਗੱਲ ਪੈ ਰਹੀ ਬੀਜਪੀ ਦੇ ਰਾਜ ਤੱਕ 10 ਸਾਲ ਤਾਂ ਮੰਨ ਲਓ ਇਹਦੇ ਚ ਰਾਜ ਕੀਤਾ ਬੀਜਪੀ ਨੇ 10 ਸਾਲ ਮੰਨ ਲਓ મોદી ਦੇ ਲਾਲੋ 6 ਸਾਲ 6 ਸਾਲ ਹੁਦਲਾਲ 10 ਸਾਲ ਚ ਨਹੀਂ ਤੁਹਾਨੂੰ ਕਲੈਰਿਟੀ ਹੋਈ ਕਿ ਇਹ ਨਹੀਂ ਇਹ ਇਹ ਕਾਂਗਰਸ ਦਾ ਦੂਜਾ ਪਾਸਾ ਨੇ ਇਹ ਕਾਂਗਰਸ ਤੇ ਬੀਜਪੀ ਸੇਮ ਨੇ ਬਾਜਪਾ 25 ਵੀ ਨਹੀਂ ਮੰਨ ਰੇ ਵਾਜਪਈ ਸਾਹਿਬ ਵੇਲੇ ਮਹਿਸੂਸ ਨਹੀਂ ਹੋਇਆ ਕਿਉਂਕਿ ਵਾਜਪਈ ਸਾਹਿਬ ਬਹੁਤ ਜ਼ਿਆਦਾ ਦੂਰ ਤੱਕ ਅਕੋਮੋਡੇਟ ਕਰਦੇ ਸੀਗੇ ਤੇ ਉਹ ਇਹ ਗੱਲ ਨੂੰ ਰਿਅਲਾਈਜ਼ ਕਰਦੇ ਸੀਗੇ ਕਿ ਮੈਂ ਤੁਹਾਡੀਆਂ ਕਈ ਗੱਲਾਂ ਬੜੀਆਂ ਵਾਜਬ ਨੇ ਜਿਵੇਂ ਪੰਜਾਬ ਨਾਲ ਪੰਜਾਬੀ ਸੂਬਾ ਬਣਨ ਵੇਲੇ ਅਨਿਆਏ ਹੋ ਤੇ ਉਹਨਾਂ ਨੇ ਬਾਦਲ ਸਾਹਿਬ ਨੂੰ ਵੀ ਗੱਲਾਂ ਦਾ ਕਈ ਦਫਾ ਸ਼ਿਕਰ ਵੀ ਕੀਤਾ ਕਿ ਮੇਰੀ ਇਸ ਵੇਲੇ ਪ੍ਰੋਬਲਮ ਸਿਰਫ ਤੁਹਾਡੀ ਗੱਲ ਨੂੰ ਇੰਪਲੀਮੈਂਟ ਨਾ ਕਰਨ ਦੇ ਇੱਕੋ ਹੀ ਵਜ੍ਹਾ ਹੈ ਕਿ 28 ਪਾਰਟੀਆਂ ਦੇ ਸੰਗਠਨ ਨਾਲ ਹੈ ਜਿਦੇ ਚ ਹਰਿਆਣੇ ਦੀਆਂ ਵੀ ਨੇ ਆਦਰਵਾਈਜ਼ ਮੈਂ ਪ੍ਰਿੰਸੀਪਲੀ ਜਿੱਥੇ ਪੰਜਾਬ ਇਕੱਲੇ ਦਾ ਕੰਮ ਆ ਮੈਂ ਤੁਹਾਡੇ ਉੱਥੇ ਕੋਈ ਵੀ ਮੰਗ ਮੰਨਣ ਨੂੰ ਨਾ ਨਹੀਂ ਕਰਦਾ ਉਹਨਾਂ ਨੇ ਸਭ ਤੋਂ ਪਹਿਲਾਂ ਬਾਦਲ ਸਾਹਿਬ ਦੇ 25ਵੀਂ ਤੇ ਕਿਹਾ ਸੀ ਕਦੇ ਉਹਨਾਂ ਨੇ ਉਹਨਾਂ ਨਾਲ ਵੀ ਔਨ ਰਿਕਾਰਡ ਕਦੀ ਕਿਉਂ ਨਹੀਂ ਆਇਆ ਦੇਖੋ ਇਹ ਗੱਲਾਂ ਜਿਹੜੀਆਂ ਕੈਮਰੇ 'ਚ ਬੰਦ ਹੁੰਦੀਆਂ ਨੇ ਹੁਣ ਤੁਹਾਨੂੰ ਇਹ ਇਹ ਗੱਲਾਂ ਦਾ ਕਿਸੇ ਨੂੰ ਬਾਹਰ ਪਤਾ ਹੈ ਕੀ ਇੰਦਰਾ ਗਾਂਧੀ ਨੇ ਜਿਹੜੇ ਸਿੱਖ ਲੀਡਰਸ਼ਿਪ ਨਾਲ ਲਾਸਟ 28 ਮਈ 1984 ਨੂੰ ਗੱਲ ਕੀਤੀ ਕਿ ਉਹਦੇ ਵਿੱਚ ਕੀ ਹੋਇਆ ਇਹ ਤਾਂ ਜਿਹੜੇ ਲੀਡਰ ਗਏ ਸੀ ਉਹਨਾਂ ਨੂੰ ਪਤਾ ਨਾ ਪਰ ਉਸ ਤੋਂ ਬਾਅਦ ਚਲੋ ਆਪਾਂ ਵਾਜ ਪਾਈ ਦੇ ਦੌਰ ਤੋਂ ਮੂਡੀ ਦੇ ਦੌਰ ਚ ਆ ਜਾਈਏ ਤਾ ਨੂੰ ਕਲੈਰਿਟੀ ਤਾਂ ਹੋਣੀ ਚਾਹੀਦੀ ਸੀ ਕਿ ਇਹ ਇਹ ਬੰਦੇ ਵੀ ਕਾਂਗਰਸ ਵਰਗੇ ਨੇ ਜੇ ਕਾਂਗਰਸ 17 25 ਵੀ ਜੇ ਅਸਲ ਹਾਂਚ ਬਾਂਡਿਓ ਮੈਂਡ ਨਹੀਂ ਕਰਦੀ ਭਾਜਪੀ ਵੀ ਨਹੀਂ ਕਰ ਰਹੀ ਤੁਹਾਨੂੰ ਕਲੈਰਿਟੀ ਪਹਿਲਾਂ ਹੋ ਜਾਣੀ ਚਾਹੀਦੀ ਸੀ ਸਾਨੂੰ ਹਮੇਸ਼ਾ ਹੀ ਇਹ ਉਮੀਦ ਹੁੰਦੀ ਸੀ ਕਿ ਉਹ ਕਹਿੰਦੇ ਹੁੰਦੇ ਸੀ ਕਿ ਯੂ ਵਿਲ ਹੈਵ ਅ ਡੈਫੀਨਟਲੀ ਬੈਟਰ ਐਕਸਪੀਰੀਅੰਸ ਥੈਨ ਮੋਦੀ ਲਿਖਿਆ ਤਾਰਾ ਸਾਬ ਨਾਲ ਜਦ ਪਹਿਲਾ ਪਹਿਲਾ ਪਹਿਲੀ ਵਾਰ ਗੱਲ ਹੋਈ 2014 ਚ ਉਹਨਾਂ ਨੇ ਤਿੰਨ ਚਾਰ ਵਾਰੀ ਬਾਦਲ ਸਾਹਿਬ ਨੂੰ ਪਰਸਨਲੀ ਵੀ ਪਬਲੀਕਲੀ ਵੀ ਜਗਰਾਉਣ ਵਾਲੀ ਰੈਲੀ ਚ ਗਿਆ ਕਿ ਸਰਕਾਰ ਬਣੇਗੀ ਤਾਂ ਮੋਦੀ ਨਰਿੰਦਰ ਮੋਦੀ ਭਾਈ ਜਦ ਪ੍ਰਾਈਮ ਮਿਨਿਸਟਰ ਬਣੇਗਾ ਤਾਂ ਕਾਲ ਮੋਦੀ ਕੀ ਹੋਗੀ ਹੁਕਮ ਪ੍ਰਕਾਸ਼ ਸਿੰਘ ਬਾਦਲ ਦਾ ਹੋਗਾ ਪੋਲੀਟੀਕਲ ਸਟੇਟਮੈਂਟ ਨਹੀਂ ਨਹੀਂ ਹੁਣ ਨਹੀਂ ਸਟੇਟਮੈਂਟ ਤਾਂ ਹੁਣ ਜਿਆਦਾ ਪੋਲੀਟੀਕਲ ਬੰਦੇ ਦੇ ਤੇ ਤਵਾਰ ਕਰੋਗੇ ਨਾ ਹੁਣ ਜਦ ਪਬਲਿਕ ਰੈਲੀ ਤੁਸੀਂ ਕਹਿੰਦੇ ਤਵਾਰ ਕਰਨਾ ਨਹੀਂ ਚਾਹੀਦਾ ਪਹਿਲਾਂ ਪਹਿਲਾਂ ਸਿੱਖਾਂ ਨਾਲ ਧੋਖਾ ਹੋਇਆ ਮੱਤ ਤਾਰਾ ਸਿੰਘ ਵਲੇ ਫਿਰ ਸਿੱਖਾਂ ਨਾਲ ਧੋਖਾ ਹੋਇਆ ਛਰਟ ਵਲੇ ਦੇਖੋ ਫਿਰ ਸਿੱਖਾਂ ਨਾਲ ਧੋਖ ਧੋਖੇ ਦੇ ਧੋਖਾ ਤੁਸੀਂ ਕਹਿੰਦੇ ਫਿਰ ਸਟੇਟਮੈਂਟਾਂ ਤੇ ਕਿਉਂ ਜਾ ਪੰਜਾਬ ਨਾਲ ਸਿੱਖਾਂ ਨਾਲ ਦੋਵਾਂ ਨਾਲ ਹੀ ਕਹਿ ਰਹੇ ਹੋ ਤੁਸੀਂ ਦੇਖੋ ਇਹੀ ਗੱਲ ਹੈ ਕਿ ਹੁਣ ਜਦ ਫਿਰ ਤੁਸੀਂ ਮੋਦੀ ਦੀ ਉਹ ਸਟੇਟਮੈਂਟ ਤੇ ਕਿਉਂ ਗਏ ਤੁਹਾਨੂੰ ਆਉਣ ਸਰ ਕਹਿਣਾ ਚਾਹੀਦਾ ਸੀ ਧਾਰਾ 25B ਤੁਹਾਡੇ ਸਾਹਮਣੇ ਪਈ ਹੈ ਅਸੀਂ ਦੱਸੋ ਮੋਦੀ ਜੀ ਅੱਛਾ ਦੇਖੋ ਉਹਨਾਂ ਨਾਲ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਪ ਉਹਨਾਂ ਨੇ ਜਿਹੜੀਆਂ ਗੱਲਾਂ ਕਈ ਗੱਲਾਂ ਵਿੱਚ ਜੋ ਉਸ ਵੇਲੇ ਪੰਜਾਬ ਦੇ ਲਈ ਘਾਤਕ ਸੀਗੇ ਉਹਨਾਂ ਚ ਮੈਂ ਇਸ ਵੇਲੇ ਕਿਉਂਕਿ ਹਲੇ ਮੈਟਰ ਪੈਂਡਿੰਗ ਨੇ ਕੋਰਟ 'ਚ ਗੱਲਾਂ ਓਪਨ ਨਹੀਂ ਕਰ ਸਕਦਾ ਉਹਨਾਂ ਨੇ ਉਸ ਗੱਲ 'ਚ ਹੈਲਪ ਵੀ ਕੀਤੀ ਪੰਜਾਬ ਦੀ ਸਾਡੀ ਨਹੀਂ ਇਕੱਲੀ ਦਲ ਦੀ ਪੰਜਾਬ ਦੀ ਅਦਰਵਾਈਜ਼ ਪੰਜਾਬ ਦਾ ਜ਼ਿਆਦਾ ਨੁਕਸਾਨ ਹੋ ਜਾਂਦਾ ਉਹ ਨੇ ਥੋੜੀ ਜਿਹੀ ਆਸ ਬਣਾਤੀ ਸੀਗੀ ਕਿ ਥਿੰਕਿੰਗ ਚੇਂਜਡ ਹੈ ਦਿੱਲੀ ਦੀ ਪਰ ਪਰ ਦੇਖੋ ਸਾਨੂੰ ਇਹ ਵੀ ਲੱਗਿਆ ਜਾਦ ਉਹਨਾਂ ਨੇ 1984 ਵਾਲਿਆਂ ਚ ਸੱਜਣ ਕੁਮਾਰ ਨੂੰ ਜਿਹੜੇ ਕੇਸਾਂ ਵਿੱਚ ਇਨਕੁਆਇਰੀਆਂ ਫਾਈਲ ਕਰਕੇ ਉਹਨਾਂ ਨੇ ਫਾਈਲਾਂ ਰਿਕਾਰਡ ਚ ਕਨਸਾਈਨ ਕਰਤੀਆਂ ਸੀ ਉਹਨਾਂ ਨੇ ਦੁਬਾਰਾ ਓਪਨ ਕਰਾਤੀਆਂ ਉਹਨਾਂ ਦੀ ਟ੍ਰਾਇਲ ਹੋਈ ਕਨਵਿਕਸ਼ਨ ਹੋਈ ਬਿਲਕੁਲ ਸਾਨੂੰ ਉਹ ਤਾਂ ਠੀਕਮ ਹੋਇਆ ਸਾਨੂੰ ਲੱਗਿਆ ਕਿ ਇਹ ਹੁਣ ਕੰਮ ਠੀਕ ਹੋ ਜਾਊਗਾ ਫਿਰ ਉਹ ਉਦੋਂ ਸਿੱਖਾਂ ਨੇ ਇਸ ਗੱਲ ਦਾ ਉਹ ਵੀ ਕੀਤਾ ਹਾਂ ਨਹੀਂ ਅਸੀਂ ਦਸਿਆਂ ਨੂੰ ਸਜ਼ਾ ਉਹ ਫੈਕਟ ਆ ਫੈਕਟ ਆ ਉਹਨੂੰ ਸੈਲੀਬ੍ਰੇਟ ਕੀਤਾ ਕਿ ਇਸ ਗੱਲ ਦਾ ਚਲੋ ਸਾਡੀ ਦਿੱਲੀ ਦੀ ਸੋਚ ਬਦਲੀ ਆ ਜਿਹੜੀ ਸੋਚ ਪੁਰਾਣੀ ਸੀਗੀ ਉਹ ਖਤਮ ਹੋਈ ਐ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਗਦੀਸ਼ ਟਾਈਟਲਰ ਵਰਗੇ ਵੀ ਲਾਏ ਤੁਸੀਂ ਦੇਖੋ ਕਿ ਜਿਹੜੇ ਐਨੇ ਕੇਸ ਬੰਦ ਪਏ ਸੀ ਉਹਨਾਂ ਚੋਂ 198 ਕੇਸ ਰੀਓਪਨ ਕਰਦੇ 1984 ਦੇ ਕਤਲੇਆਮ ਦੇ ਇਹਨਾਂ ਚੀਜ਼ਾਂ ਨੇ ਇੱਕ ਤਰ੍ਹਾਂ ਦੀ ਹੋਪ ਬਣਾ ਕੇ ਪਰ ਜਿਹੜੀ ਗੱਲ ਮੈਂ ਗਰੇਵਾਲ ਸਾਹਿਬ ਕਹਿੰਦਾ ਸੀ ਕਿ ਨੰਦਪੁਰ ਦੇ ਮਤੇ ਚ ਕਿ ਇਹ ਮੇਜਰ ਮੰਗਾ ਸੀ ਗਿਆ ਹਣਾ ਦੇਖੋ ਆਨੰਦਪੁਰ ਆਨੰਦਪੁਰ ਸਾਹਿਬ ਦੇ ਨਾਮ ਤੁਸੀਂ ਉਹਦੇ ਮਦਈ ਸੀਗੇ ਜਦੋਂ ਤੁਸੀਂ ਲੜਾਈ ਦੀ ਗੱਲ ਇਹ ਨਹੀਂ ਹੁੰਦੀ ਸਟੇਟਮੈਂਟਾਂ ਤੁਹਾਡੀਆਂ ਆਉਂਦੀਆਂ ਰਹੀਆਂ ਔਰ ਗਵਰਨਰ ਦੇ ਭਾਸ਼ਣ ਚਾਉਂਦਾ ਰਿਹਾ ਹਰ ਵਾਰ ਤੁਹਾਡੇ ਮੈਨੀਫੈਸਟੋ ਤੇ ਗਵਰਨਰ ਦਾ ਭਾਸ਼ਣ ਇਹ ਤਾਂ ਦੋ ਪੱਕੀਆਂ ਚੀਜ਼ਾਂ ਦੇ ਇੱਥੇ ਹੁੰਦੀਆਂ ਸੀ ਜਿਹੜੀ ਲੜਾਈ ਜਿਸ ਤਰੀਕੇ ਦੇ ਨਾਲ ਉਹ ਵਿੱਢੀ ਹੋਈ ਲੜਾਈ ਸੀ ਉਸ ਤਰੀਕੇ ਨਾਲ ਕਿ ਧਾਰਾ 25B ਆਲੀ ਗੱਲ ਅਗਰ ਤੁਹਾਡੀ ਹੋਰ ਕੁਆਲਿਟੀ ਸ਼ਾਇਦ ਤੁਹਾਨੂੰ ਪਹਿਲੀ ਪਤਾ ਲੱਗ ਜਾਂਦਾ ਬੀਜੇਪੀ ਕੀ ਆ ਜਿਹੜਾ ਤੁਸੀਂ ਹੁਣ ਕਹਿ ਰਹੇ ਹੋ ਕਾਂਗਰਸ ਤੇ ਬੀਜੇਪੀ ਕੋ ਸਿੱਕੇ ਦੇ ਦੋ ਪਹਿਲੂ ਮੈਂ ਤੁਹਾਨੂੰ ਉਹ ਗੱਲ ਦੱਸਾਂ ਉਹੀ ਗੱਲ ਸਾਡ ਨੂੰ ਕੁਝ ਕੰਮ ਇਹਨਾਂ ਨੇ ਜਿਹੜੀ ਹੈ ਡਿਵਲੂਸ਼ਨ ਆਫ ਫਾਈਨੈਂਸਸ ਮੋਦੀ ਦੀ ਪਹਿਲੀ ਸਰਕਾਰ ਨੇ ਸਟੇਟਾਂ ਨੂੰ ਕੀਤੇ ਵੀ ਤੁਹਾਨੂੰ ਮੈਂ ਗੱਲ ਦੱਸਾਂ ਪ੍ਰੋਬਲਮ ਕੀ ਆਈ ਕਿ ਜਦ ਆਨੰਦ ਪ੍ਰਸਾਦ ਦਾ ਪਹਿਲਾ ਮਤਾ ਕਾਂਗਰਸ ਵੇਲੇ ਸੀਗੇ ਉਹ ਕਹਿੰਦੇ ਜੋ ਆਨੰਦਪੁਰੀ ਮਤਾ ਹੈ ਆਨੰਦਪੁਰੀ ਮਤਾ ਇਹ ਤੋਂ ਸੈਸੈਸ਼ਨਿਸਟ ਹੈ ਇਹ ਤਾਂ ਟੈਰਰਿਸਿਮ ਕੇ ਸੀਟ ਵਿੱਚ ਕਹਤਾ ਉਹਨਾਂ ਨੂੰ ਫਿਰ ਦੱਸਿਆ ਸੀ ਕਿ ਇਹ ਤਾਂ ਫੈਡਰਲ ਸਟਰਕਚਰ ਦੀ ਲੜਾਈ ਹੈ ਫੈਡ ਇਹ ਤਾਂ ਆਨੰਦਪੁਰ ਸਾਹਿਬ ਚ ਮਤਾ ਪਾਸ ਹੋਈ ਸੀ ਰੀਅਲ ਫੈਡਰਲ ਸਿਸਟਮ ਦੀ ਹਾਂ ਮ ਇਹਨ ਮਤਾ ਆਨੰਦਪੁਰ ਸਾਹਿਬ ਚ ਪਾਸ ਹੋਈ ਸੀ ਤਾਂ ਕਰਕੇ ਇਹਨੂੰ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਕਹਿੰਦੇ ਆ ਪਰ ਇਹਦੇ ਜਿਹੜੇ ਤੱਤ ਨੇ ਰਾਜਾਂ ਦੇ ਵਾਧਤਕਰ ਰਾਜਾਂ ਦੇ ਵਾਧਤਕਰ ਨੇ ਫੈਡਰਲ ਫੈਡਰਲ ਸਿਸਟਮ ਰੀਅਲ ਫੈਡਰ ਹੈ ਜਿਹੜਾ ਅਮਰੀਕਾ ਵਾਂਗੂ ਆ ਸਟੇਟ ਆਪਣੀ ਰਾਜ ਕਰਦੀ ਹੈ ਸੈਂਟਰ ਆਪਣੀ ਕਰਦੀ ਹੈ ਕੰਟਰੈਡੀਕਸ਼ਨ ਨਹੀਂ ਕੀ ਹੂੰ ਕੋਆਰਡੀਨੇਸ਼ਨ ਆ ਕੋਆਪਰੇਸ਼ਨ ਆ ਹੂੰ ਤੇ ਉਹ ਚਲੋ 인ਦਰਾ ਗਾਂਧੀ ਨੇ ਉਹ ਦਰਬਾਰ ਸਭ ਅਕਾਲ ਤੱਕ ਢਾ ਕੇ ਡਰੀ ਹੋਈ ਨੇ ਸਰਕਾਰੀਆ ਕਮਿਸ਼ਨ ਵੀ ਬਣਾਤਾ ਸਰਕਾਰੀਆ ਕਮਿਸ਼ਨ ਦੀ ਰਿਪੋਰਟ ਵੀ ਇੰਪਲੀਮੈਂਟ ਨਹੀਂ ਕੀਤੀ ਮੇਰਾ ਮਤਲਬ ਪ੍ਰੋਬਲਮ ਪਤਾ ਕੀ ਹੈ ਇੱਕ ਗੱਲ ਸਮਝੇ ਲੋ ਇਸ ਵੋਟ ਦੇ ਰਾਜ ਵਿੱਚ ਉਹ ਵੋਟਾਂ ਦੀ ਗਿਣਤੀ ਚ ਪੈ ਗਈ ਦਿੱਲੀ ਤੇ ਉਹ ਸਮੇਂ ਦੇ ਆ ਕਿ 1.89% ਪੋਪੂਲੇਸ਼ਨ ਹੈ ਜਿਹੜੀ ਤੇ ਉਹ ਵੀ ਜਿਹੜੀ ਸਕੈਟਰਡ ਪਈ ਹੈ ਇਹ ਸਾਡੇ ਸੰਤੋਲਨ ਬਹੁਤਾ ਬਣਾ ਸਕਦੀ ਨਹੀਂ ਵਿਗਾੜ ਸਕਦੀ ਨਹੀਂ ਉਸ ਚੀਜ਼ ਦਾ ਵਿਕਟਮ ਅੱਜ ਪੰਜਾਬ ਹੈ ਕਿਉਂਕਿ ਅਸਲ ਉਹ ਦਿੱਲੀ ਵਿੱਚ ਭਾਵੇਂ ਕਾਂਗਰਸ ਨੇ ਸੋਚੀ ਇਹੀ ਪਾਲਿਸੀ ਰੱਖੀ ਉਹ ਮੈਂ ਸਮਝਦਾ ਹੁਣ ਭਾਜੀਪੀ ਵੀ ਸ਼ਾਇਦ ਇਹੀ ਸੋਚੀ ਉਹੀ ਨਹੀਂ ਉਹੀ ਆਰਸਸ ਦੇ ਚੀਫ ਕਹਿੰਦੇ ਹੈਗੇ ਸਾਡੇ ਇੰਟਰਵਿਊ ਵਿੱਚ ਕਿ ਸਿੱਖਾਂ ਨੂੰ ਅਸੀਂ ਧਰਮ ਨਹੀਂ ਮੰਨਦੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉੱਥੇ ਲਿਖੀ ਹੋਈ ਸੀ ਉਹ ਹੁਣ ਵੀ ਕਹਿੰਦੇ ਆ ਇਹ ਗੱਲ ਕਿ ਆ ਸਿੱਖਾਂ ਸਿੱਖਾਂ ਨੂੰ ਅਸੀਂ ਧਰਮ ਸਿੱਖ ਧਰਮ ਨਹੀਂ ਹੈਗਾ ਸਿੱਖ ਪੰਥਾ ਸਿੱਖ ਇੱਕ ਰਿਲੀਜੀਅਨ ਹੈ ਸਹਿਬ ਸਿੱਖ ਐਵਰੀਬਾਡੀ ਇਜ਼ ਬੌਰਨ ਸਿੱਖ ਜਿਹੜੇ ਨੇਚਰ ਵੱਲੋਂ ਦਿੱਤੀ ਹੋਈ ਗਿਫਟ ਨੂੰ ਡਿਵੀਏਟ ਕਰਦੇ ਨੇ ਉਹ ਨੌਮ ਸਿੰਘ ਬਣਦੇ ਨੇ ਤੇ ਉਹ ਨੂੰ ਸਿੰਘ ਸਜਾਇਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੇ ਤੇ ਐਵਰੀਬਾਡੀ ਸਿንስ ਦੀ ਕ੍ਰੀਏਸ਼ਨ ਆਫ ਬਰਥ ਵਰਲਡ ਬਾਏ ਬਰਥ ਇਜ਼ ਅ ਸਿੱਖ ਤੇ ਜੀ ਆਰਐਸਐਸ ਵਾਲੇ ਨਹੀਂ ਮੰਨਦੇ ਉਹਨਾਂ ਨੂੰ ਤੁਹਾਨੂੰ ਇਹ ਨਹੀਂ ਪਤਾ ਸੀ ਆਰਐਸਐਸ ਮੰਦੀ ਆ ਨਹੀਂ ਆਰਐਸਐਸ ਸਾਡੇ ਕੋਲ ਤਾਂ ਆ ਕੇ ਕਹਿੰਦੇ ਅਸੀਂ ਤੁਹਾਨੂੰ ਪਤਾ ਹੋਣਾ ਟੋੜਾ ਸਾਹਿਬ ਵੇਲੇ ਤੁਸੀਂ ਪੜਦੇ ਨਹੀਂ ਆਰਐਸਐਸ ਨੂੰ ਨਹੀਂ ਨਹੀਂ ਦੇਖੋ ਪੋਲਿਟੀਕਲ ਪਾਰਟੀਆਂ ਦਾ ਇੱਕ ਵਿਜ਼ਨ ਹੁੰਦਾ ਕਿ ਜਿਨ੍ਹਾਂ ਨਾਲ ਅਸੀਂ ਅਲਾਈਸ ਕਰਨ ਜਾ ਰਹੇ ਹਾਂ ਉਹਨਾਂ ਦੀ ਵਿਚਾਰ ਸਾਰਾ ਕੀ ਅਸੀਂ ਪਾੜੇ ਵੀ ਆ ਅਸੀਂ ਉਹਨਾਂ ਨੂੰ ਸਮਝੇ ਵੀ ਆ ਟੋੜਾ ਸਾਹਿਬ ਵੇਲੇ ਆਰਐਸਐਸ ਨੇ ਅਪਰੋਚ ਕੀਤਾ ਸੀ ਟੋੜਾ ਸਾਹਿਬ ਨੂੰ ਕਿ ਸਾਨੂੰ ਮੰਦਰਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਟੌੜਾ ਸਾਹਿਬ ਦਾ ਜਵਾਬ ਵਿੱਚ ਜਦ ਆਰਐਸਐਸ ਦੇ ਬੰਦੇ ਆ ਨੇ ਇਹ ਅਪੀਲ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਿੱਥੇ ਮੂਰਤੀ ਪੂਜਨ ਹੋਊਗਾ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹ ਉੱਥੇ ਕੇਸਰੀ ਝੁੱਲੂਗਾ ਇਸ ਕਰਕੇ ਜੇ ਤੁਸੀਂ ਮੰਦਿਰਾਂ ਵਿੱਚ ਕਿਸੇ ਤਰ੍ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਤੁਸੀਂ ਸਮਝਦੇ ਹੋ ਆਰਐਸਐਸ ਦੀ ਵਿਚਾਰਧਾਰਾ ਕੀ ਹੈ ਦੇਖੋ ਆਰਐਸਐਸ ਇੱਕ ਉਹਨਾਂ ਦਾ ਸੋਸ਼ਲ ਵਿੰਗ ਹੈ ਉਹਨਾਂ ਦੀ ਆਪਣੀ ਥਿੰਕਿੰਗ ਅਸੀਂ ਉਹਨਾਂ ਦੀ ਆਈਡੀਓਲੋਜੀ ਨਾਲ ਵੀ ਆਰ ਨਾਟ ਬਾਉਂਡ ਟੂ ਫਾਲੋ them ਐਂਡ ਅਸੀਂ ਤਾਂ ਸਾਡੀ ਤਾਂ ਪੋਲਿਟਿਕਲ ਅੰਡਰਸਟੈਂਡਿੰਗ ਹੁੰਦੀ ਸੀ ਕਿ ਜਿਹੜਾ ਇਹਨਾਂ ਦਾ ਤੁਹਾਨੂੰ ਪਤਾ ਨਾ ਜਥੇਦਾਰ ਵਿਦਾਂਤੀ ਨੇ ਕਿਹਾ ਸੀ ਉਹਨਾਂ ਨਾਲ ਰਿਸ਼ਤਾ ਨਾ ਰੱਖੋ ਦੇਖੋ ਵਿਦਾਂਤੀ ਸਾਹਿਬ ਨੇ ਕਿਹਾ ਹੁਣ ਮੇਰੀ ਗੱਲ ਸੁਣੋ ਕਾਲ ਤੱਕ ਦੇ ਮੌਜੂਦਾ ਜਥੇਦਾਰ ਕਹਿੰਦੇ ਨਹੀਂ ਕਿ ਦੇਸ਼ ਲਈ ਸਭ ਤੋਂ ਵੱਡਾ ਥ੍ਰੈਟ ਇਹ ਆ ਨਹੀਂ ਆ ਰਿਹਾ ਆਰਐਸਐਸ ਤੁਹਾਨੂੰ ਵੀ ਨਹੀਂ ਸਮਝ ਆ ਰਿਹਾ ਸੀ ਆਰਐਸਐਸ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਸਾਡਾ ਭਾਰਤੀ ਜਨਤਾ ਪਾਰਟੀ ਨਾਲ ਹੁੰਦਾ ਸੀ ਤੇ ਈਵਨ ਮੌਜੂਦਾ ਜਥੇਦਾਰ ਦੇ ਵੀ ਜਿਹੜਾ ਬਿਆਨ ਪ੍ਰਧਾਨ ਮੰਤਰੀ ਮੋਦੀ ਕਿਸੇ ਨੂੰ ਨਿਕਲ ਕੇ ਆਏ ਨੇ ਨਹੀਂ ਦੇਖੋ ਇਹ ਇੱਕ ਮੇਰੀ ਗੱਲ ਸੁਣਨਾ ਜੇ ਕੋਈ ਅਕਾਲ ਇਹ ਦਾ ਮਤਲਬ ਕਿ 6 ਸਟੂਡੈਂਟ ਫੈਡਰੇਸ਼ਨ ਕਰਕੇ ਅਸੀਂ ਉਹਨੂੰ ਕੰਡੈਮਨਡ ਕਰ ਦਈਏ ਅਕਾਲੀ ਅਕਾਲੀ ਲੀਡਰਸ਼ਿਪ 6 ਸਟੂਡੈਂਟ ਫੈਡਰੇਸ਼ਨ ਚੋਂ ਨਿਕਲੀ ਜਦ ਬੜੀ ਫੈਡਰੇਸ਼ਨ ਐਕਟਿਵ ਰਹੀ ਸੀ ਫੈਡਰੇਸ਼ਨ ਤੇ ਆਰਸੈਸ ਦੇਖੋ ਫੈਡਰੇਸ਼ਨ ਦੀ ਵਿਚਾਰਤਾ ਸਾਡਾ ਸੋਸ਼ਲ ਵਿੰਗ ਸੀ 6 ਸਟੂਡੈਂਟ ਫੈਡਰੇਸ਼ਨ ਅਕਾਲੀ ਦਲ ਦਾ ਅਕਾਲੀ ਦਲ ਪੋਲੀਟੀਕਲ ਵਿੰਗ ਸੀ ਠੀਕ ਹੈ ਨਾ ਉਹਦੇ ਚ ਹਮੇਸ਼ਾ ਇੱਕ ਬਰੀਕ ਕੰਧ ਹੁੰਦੀ ਹੈ ਤੁਹਾਨੂੰ ਪਤਾ ਜਨਸੰਘ ਤੇ ਬੀਜੇਪੀ ਦੇ ਤਾਂ ਸਾਰੇ ਲੀਡਰ ਉਹਦੀ ਛਾਇਆ ਚ ਚੱਲਦੇ ਰਹੇ ਨੇ ਨਹੀਂ ਦੇਖੋ ਇੱਕ ਬਿਲਕੁਲ ਤੁਸੀਂ ਇਸ ਗੱਲ ਤੇ ਮੇਰੇ ਨਾਲ ਸਹਿਮਤ ਹੋਵੋਗੇ ਕਿ ਅਟਲ ਬਿਹਾਰੀ ਆਵਾਜਪਈ ਵਾਸ ਨਾਟ ਅ ਪ੍ਰੋਡਕਸ਼ਨ ਆਫ ਆਰਐਸਐਸ ਤੇ ਉਹਨਾਂ ਦੇ ਡਿਫਰੈਂਸ ਰਹੇ ਆ ਆਰਐਸਐਸ ਪਰ ਬਾਕੀ ਤਾਂ ਆਰਐਸਐਸ ਦਾ ਆਰਐਸਐਸ ਤਾਂ ਉਹ ਅਡਵਾਨੀ ਜੀ ਨੂੰ ਪ੍ਰਾਈਮ ਮਿਨਿਸਟਰ ਚਾਹੁੰਦੀ ਸੀ ਹੂੰ ਤੇ ਜਦ ਅਟਲ ਬਿਹਾਰੀ ਜੀ ਆਵਾਜਪਈ ਆਰਐਸਐਸ ਮਿਨੋਰਟੀ ਵਾਰੀ ਕੀ ਸੋਚਦੀ ਹੈ ਤੁਹਾਨੂੰ ਪਤਾ ਹਾਂਜੀ ਮਿਨੋਰਟੀ ਉਹ ਤਾਂ ਦੇਖੋ ਇੱਕ ਮੇਰੀ ਗੱਲ ਸੁਣੋ RSS ਕੁਝ ਚੋਲੀਸਾ ਲੈ ਕੋਈ ਹਿੰਦੂ ਨੇਸ਼ਨ ਗੱਲ ਕਰੀ ਚੱਲੇ ਇੱਕ ਹਾਰਡ ਰਿਐਲਿਟੀ ਹੈ ਹਿੰਦੂਆਇਜ਼ ਅਜ਼ ਅ ਮਲਟੀ ਰਿਲੀਜਨ ਮਲਟੀ ਲੈਂਗੁਏਜਿਸਟਿਕ ਮਲਟੀ ਲੈਂਗੁਏਜਿਸਟਿਕ ਕੰਟਰੀ ਹੈ ਇਹ ਦੀ ਇਸ ਸਟਰਕਚਰ ਨੂੰ ਕੋਈ ਤਬਾ ਨਹੀਂ ਕਰ ਸਕਦਾ ਤੁਹਾਨੂੰ ਐ ਲੱਗਦਾ ਨਹੀਂਗਾ ਕਿ RSS ਦੇ ਥਾਟ ਤੇ BJP ਚੱਲਦੀ ਹੈ ਨਹੀਂ ਦੇਖੋ ਇੱਕ ਥਾਟ ਜੀ ਦੀ ਮਰਜ਼ੀ ਕਰੀ ਜਾਣ ਜਿਹੜਾ ਸਟਰਕਚਰ ਹੈ ਜਿਹੜਾ ਬੜੀਆਂ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਕੀਤਾ ਉਹ ਉਹ ਦਾ ਉਹਨੂੰ ਡਿਮੋਲਿਸ਼ ਕਰਨਾ ਕਿਸੇ ਲਈ ਵੀ ਸੌਖਾ ਕੰਮ ਨਹੀਂ ਹੈ ਪਰ ਤੁਸੀਂ ਮੰਨਦੇ ਹੋ ਕਿ ਬੀਜੇਪੀ ਦੀ ਲੀਡਰਸ਼ਿਪ ਆਰਐਸਐਸ ਦੀ ਵਿਚਾਰਧਾਰਾ ਦਾ ਚੱਲ ਨਹੀਂ ਸਾਰੇ ਸਾਰੇ ਨਹੀਂਗੇ ਸਾਰੇ ਨਹੀਂਗੇ ਦੇਖੋ ਹੁਣ ਬੀਜੇਪੀ ਚ ਜਿਹੜੇ ਕਿੰਨੇ ਕ ਬੰਦੇ ਆ ਜਿਹੜੇ ਆਰਐਸਐਸ ਵਾਲੇ ਸੀ ਉਹ ਤਾਂ ਪਾਸੇ ਕਰਤੇ ਮੁਰਲੀ ਮਨੋਰ ਜੋਸ਼ੀ ਜੀ ਆ ਐਲਕੇ ਅਡਵਾਨੀ ਜੀ ਪਾਵਰ ਗੇਮ ਹੈ ਮੋਦੀ ਮੋਦੀ ਸਾਹਿਬ ਕਹਿੰਦੇ ਮੈਂ ਆਰਐਸਐਸ ਦਾ ਪ੍ਰਾਣਾ ਹੈਗਾ ਮੈਂ ਉਹਨਾਂ ਦਾ ਚਾਹ ਲਕਰਿਆ ਹੈਗਾ ਖਟਰ ਖਟਰ ਕਿਹਾ ਜਾਂਦਾ ਸਦਾ ਕਹਿੰਦਾ ਹੈਗਾ ਯੈਸ ਹੀ ਸੇਜ਼ ਕਿ ਮੈਂ देखो इक मैं ਤੁਹਾਨੂੰ ਗੱਲ ਦੱਸਾਂ ਪਾਰਟੀਆਂ ਉਹ ਕਹਿੰਦੇ ਸਿੱਖਾਂ ਚ ਧਰਮ ਰਾਜਨੀਤੀ ਨੂੰ ਨਹੀਂ ਚਲਾਉਂਦਾ ਉੱਥੋਂ ਤੇ ਧਰਮ ਹੀ ਰਾਜਨੀਤੀ ਨੂੰ ਧਰਮ ਕਹਿ ਦਈਏ ਜੇ ਉਹਨਾਂ ਦੀ ਵਿਚਾਰਧਾਰਾ ਰਾਜਨੀਤੀ ਚ ਲਾਉਂਦੀ ਹੈ ਇੱਥੇ ਸਾਡੇ ਮੇਰੀ ਇੱਕ ਵਾਰੀ ਇਲਜ਼ਾਮ ਲੱਗਦਾ ਕਿ ਰਾਜਨੀਤੀ ਡਿਕਟੇਟ ਕਰਨ ਲੱਗੀ ਧਰਮ ਨੂੰ ਦੇਖੋ ਧਰਮ ਤੇ ਰਾਜਨੀਤੀ ਸਿੱਖਾਂ ਲਈ اٹੋਟ ਹੈ ਮੈਂ ਤਾਂ ਕਹਿੰ ਸਿੱਖ ਲੀਡਰ ਵੀ ਕਹਿੰਦੇ ਆ ਕਿ ਜੀ ਸ਼੍ਰੋਮਣੀ ਕਮੇਟੀ ਉਹ ਬੰਦਿਆਂ ਕੋਲ ਚਾਹੀਦੇ ਜਿਹੜੇ ਰਾਜਨੀਤੀ ਜਿਨਾਂ ਦਾਖਲ ਦੇਣ ਮੈਂ ਕਿਹਾ ਹਰਮੰਦਰ ਸਾਹਿਬ ਬਣਿਆ ਸੀ ਪਹਿਲਾਂ ਤੇ ਕਾਲ ਤੱਕ ਸਾਬ ਛੇਵੇਂ ਪਾਸ਼ਾ ਨੇ ਸਥਾਪਿਤ ਕੀਤੀ ਸੀ ਬਾਦ ਵਿੱਚ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਸੀ ਛੇਵੇਂ ਪਾਸ਼ਾ ਨੇ 99 ਫੁੱਟ ਉੱਚਾ ਜਿਹੜਾ ਨਿਸ਼ਾਨ ਸਾਹਿਬ ਆ ਉਹ ਰਾਜਨੀਤੀ ਦਾ ਪ੍ਰਣਿਕ ਹੈ ਤੇ ਜਿਹੜਾ 101 ਫੁੱਟ ਉੱਚਾ ਉਹ ਧਰਮ ਦਾ ਚਾਰ ਧਰਮ ਤੇ ਰਾਜਨੀਤੀ ਸਿੱਖਾਂ ਦੀ ਉਦੋਂ ਲੈਦਾ ਹੋ ਜਦ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਵਿਚਕਾਰ ਕੋਈ ਕੰਧ ਹੋ ਸਾਰਨ ਦੀ ਜ਼ਰੂਰਤ ਕਰੂਗਾ ਤੇ ਦੋ ਨਿਸ਼ਾਨ ਸਾਹਿਬਾਂ ਨੂੰ ਇੱਕੋ ਥਾਂ ਤੋਂ ਇਕੱਠੇ ਫਿਲਾ ਕੇ علیحدہ علیحدہ ਕਰੂਗਾ ਸਿੱਖਾਂ ਲਈ ਰਾਜਨੀਤੀ ਤੇ ਧਰਮ ਇੱਕ ਨੇ ਤੇ ਧਰਮ ਦੀ ਰਾਜਨੀਤੀ ਸਿੱਖਾਂ ਦੇ ਲਈ ਇੱਕ ਮੰਡੇਟ ਹੈ ਇਹਨੂੰ ਕੋਈ ਭੰਨ ਨਹੀਂ ਸਕਦਾ ਸਾਡੇ ਤਾਂ ਇੰਨੀ ਵਿਲੱਖਣਤਾ ਸ਼ਾਦਵਿੰਦਰ ਸਿੰਘ ਜੀ ਕਿ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਉਸ ਲੰਗਰ ਵਿੱਚ ਐਸਸੀ ਵੀ ਛਕ ਸਕਦਾ ਉਸ ਲੰਗਰ ਚ ਬੀਸੀ ਵੀ ਛਕਦਾ ਉਹ ਸਖਤਰੀ ਵੀ ਛਕ ਸਕਦਾ ਉਹ ਤੇ ਜੱਟ ਵੀ ਛਕ ਸਕਦਾ ਉਹਦੇ ਵਿੱਚ ਮੱਝ ਵੀ ਸਿੱਖ ਵੀ ਛਕ ਸਕਦਾ ਉਹਦੇ ਵਿੱਚ ਵਾਲਮੀਕ ਵੀ ਛਕ ਸਕਦਾ ਬਰਾਬਰ ਗੋਡੇ ਦੇ ਨਾਲ ਗੋਡਾ ਜੋੜ ਕੇ ਬੈਠਦੇ ਆ ਤੇ ਮੱਥਾ ਟੇਕਣ ਲਈ ਵੀ ਇਕੋ ਲਾਈਨ ਚ ਜਾਂਦੇ ਆ ਜਾਤ ਪਾਤ ਕਰਕੇ ਕਿਤੇ ਢਿੱਕਾ ਨਹੀਂ ਪੈਂਦਾ ਸ਼ਰੋਮਣੀ ਅਕਾਲੀ ਦਲ ਸਰਬੱਤ ਦੇ ਭਲੇ ਦੀ ਗੱਲ ਕਰਦਾ ਜਿਹੜੀ ਅਰਦਾਸ ਤੋਂ ਮਗਰ ਰੋਜ਼ ਵੜੀ ਜਾਂਦੀ ਹੈ ਹਮ ਸਮਝੇ ਅਕਾਲੀ ਦਲ ਇੱਕ ਵਿਲੱਖਣ ਜਮਾਤ ਹੈ ਵਿਲੱਖਣ ਹਿਸਟਰੀ ਆ ਵਿਲੱਖਣ ਸੋਚ ਹੈ ਇਸ ਗੱਲ ਨਾਲ ਸ਼੍ਰੋਮਣੀ ਅਕਾਲੀ ਦਲ ਕਦੇ ਆਪਣੀ ਸੋਚ ਬਾਰੇ ਕੰਪਰੋਮਾਈਜ਼ ਨਹੀਂ ਕਰ ਸਕਦਾ ਹੁਣ ਸਮਝੌਤਾ ਬੌਜਨ ਸਮਾਜ ਪਾਰਟੀ ਨਾਲ ਹੋਏਗਾ ਨਹੀਂ ਇਹ ਤਾਂ ਹਲੇ ਇਟਸ ਟੂ ਪ੍ਰੀਮਚੂਰ ਟੂ ਸੇ ਹੋਊਗਾ ਕਿ ਨਹੀਂ ਹੋਊਗਾ ਕਿਉਂਕਿ ਅਕਾਲੀ ਦਲ 117 ਲੜਨ ਦੇ ਸਮਰੱਥ ਕਿੰਨੀ ਸਿਟਾਉਣੀਆਂ 2022 ਚ 2022 ਚ 80 ਦੇ ਪਲੱਸ ਜਾਣਗੀਆਂ ਸਰਕਾਰ ਹੋਊਗੀ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਹੋਊਗਾ ਇਲੈਕਸ਼ਨ ਮੁੱਦੇ ਮੁੱਦੇ ਕਈ ਹੋਣਗੇ ਤੁਹਾਨੂੰ ਕੀ ਲੱਗਦਾ ਕਈ ਹੋਣਗੇ ਮੁੱਦੇ ਇੱਕ ਨਹੀਂ ਨਹੀਂ ਫੇਲਰ ਆਫ ਦੀ ਪ੍ਰੈਜ਼ੈਂਟ ਗਵਰਨਮੈਂਟ ਹਮ ਇਨਡਿਸਕ੍ਰਿਮੀਨੇਸ਼ਨ ਡਿਸਕ੍ਰਿਮੀਨੇਸ਼ਨ ਬਾਏ ਦੀ ਗਵਰਨਮੈਂਟ ਆਫ ਇੰਡੀਆ ਹਮ ਜਿਹੜੀਆਂ ਹੁਣ ਤਾਂ ਦੋਹਾਂ ਪਾਰਟੀਆਂ ਨੂੰ ਇਨਕੰਬੈਂਸੀ ਨਾਲ ਲੜਨਾ ਪੈਣਾ ਸਾਡੇ ਇਹ ਸੱਚ ਵਿੱਚ ਦੀ ਗੱਲ ਰਹਿ ਜਾਣੀ ਹੈਗੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਫੇਲਰ ਆਫ ਸੌਰੀ ਸੈਂਟਰ ਗਵਰਨਮੈਂਟ ਦਾ ਭੇਦਭਾਵ ਸ਼ਬਦ ਵਰਤਿਆ ਤੁਸੀਂ ਹਮ ਲੋਕ ਕਹਿੰਦੇ ਡਾਇਰੈਕਟ ਮੋਦੀ ਤੇ ਅਟੈਕ ਨਹੀਂ ਕਰਦੇ ਆ। ਅਕਾਲੀ ਦਲ ਡਾਇਰੈਕਟ ਮੋਦੀ ਤੇ ਅਟੈਕ ਨਹੀਂ ਕਰਦਾ। ਜੀਪੀ ਤੇ ਅਟੈਕ ਕਰਦਿਆ ਜਾਂ ਸੈਂਟਰ ਗਵਰਨਮੈਂਟ ਕਹਿ ਦਿੰਦੇ ਆ ਸ਼ਬਦਾਂ ਚ। ਡਾਇਰੈਕਟ ਮੈਂ ਮੰਨ ਲੀ ਤੇ ਅਟੈਕ ਇਹ ਤੁਹਾਡੇ ਮੇਰਾ ਮਤਲਬ ਗੱਲ ਸੁਣੋ। ਅਸਲ ਜਿਵੇਂ ਹੁੰਦੀ ਆ ਪੋਲਿਟਿਕਸ ਚੇਂਜ ਹੁੰਦਾ। ਨੀ 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 ਕੁਝ ਤਾਂ ਹੁੰਦਾ ਨਾ ਜਦੋਂ ਨਹੀਂ ਮੇਰੀ ਗੱਲ ਖੁੱਲੀਆਂ ਹੁੰਦੀਆਂ ਨੇ ਵਾਂਗਾ ਘੋੜਿਆਂ ਦੀਆਂ ਫਿਰ ਅਟੈਕ ਹੁੰਦੇ ਨੇ। ਨਹੀਂ ਮੇਰੀ ਇੱਕ ਗੱਲ ਸੁਣੋ। ਸਾਰੀਆਂ ਪਾਰਟੀਆਂ ਕਰਦੀਆਂ ਨੇ ਜੇ ਨਹੀਂ ਫਿਰ ਅਸੀਂ ਇਹ ਕਹਿ ਦਈਏ ਕਿ ਮੋਦੀ ਮਾੜਾ ਜੇ ਮੋਦੀ ਨੂੰ ਗੱਲੋਂ ਪਾਸੇ ਕਰ ਦ ਤੁਸੀਂ ਤੁਸੀਂ ਕਹਿੰਦੇ ਵਾਜਪਾਈ ਵੇਲੇ ਬੀਜੇਪੀ ਠੀਕ ਸੀ ਸੁਣੋ ਤੁਸੀਂ ਕਹ ਹੈ ਅਸੀਂ ਅਸੀਂ ਇੱਕ ਬੰਦੇ ਦੇ ਵਿਰੁੱਧ ਨਹੀਂ ਅਸੀਂ ਉਹਦੀ ਪਾਰਟੀ ਦੇ ਵਿਚਾਰਧਾਰਾ ਦੇ ਉਲਟ ਹੈ ਬੰਦੇ ਜੇਪੀ ਦੀ ਵਿਚਾਰਧਾਰਾ ਤੱਕ ਨਹੀਂ ਬਦਲੀ ਹੁਣ ਬੰਦੇ ਆਉਂਦੇ ਜਾਂਦੇ ਰਹਿੰਦੇ ਨੇ ਬੀਜੇਪੀ ਦੀ ਵਿਚਾਰਧਾਰਾ ਤੱਕ ਨਹੀਂ ਬਦਲੂ ਹੁਣ ਕਿਉਂ ਨਹੀਂ ਬਦਲਦੀ ਵਿਚਾਰਧਾਰਾ ਤੱਕ ਨਹੀਂ ਬਦਲਦੀ ਕਿਉਂ ਨਹੀਂ ਬਦਲਦੀ ਵਿਚਾਰਧਾਰਾ ਬਦਲਦੀ ਹੈ ਕਿਉਂ ਨਹੀਂ ਬਦਲਦੀ ਮੇਰੀ ਗੱਲ ਸੁਣੋ ਇੱਕ ਮੇਰੀ ਗੱਲ ਸੁਣੋ ਜਿਹੜਾ ਜਨ ਸੰਗ ਪੰਜਾਬੀ ਸੂਬੇ ਦੇ ਉਲਟ ਮੋਰਚਾ ਲਾ ਕੇ ਬੈਠਾ ਸੀ ਜਗਿਆਦਾਤ ਸ਼ਰਮਾ ਬਟਾਲੇ ਵਰਤ ਰੱਖੀ ਬੈਠਾ ਸੀ ਤੇ ਸੰਤ ਫਤਿਹ ਸਿੰਘ ਉਹਨੀ ਅੰਮ੍ਰitsar ਰੱਖੀ ਬੈਠੇ ਸੀਗੇ ਤੇ ਜਦ 67 ਦੀ ਗਵਰਨਮੈਂਟ ਬਣੀ ਤੇ ਡਾਕਟਰ ਬਲਦੇਵ ਪ੍ਰਕਾਸ਼ ਤੇ ਦੂਸਰੇ ਦੋ ਵਜ਼ੀਰਾਂ ਨੇ ਪੰਜਾਬੀ ਸੌਂ ਚੁੱਕੀ ਸੀ ਉਹ ਵਿਚਾਰ ਉਹ ਨਹੀਂ ਸੁਣੋ ਸੁਣੋ ਕਿਉਂ ਨਹੀਂ ਜਾਂ ਤੁਸੀਂ ਪੰਜਾਬੀ ਬੋਲੀ ਹਿੰਦੀ ਲਿਖਾਈ ਹੋਈ ਆ ਪੰਜਾਬੀ ਸੌਂ ਚੁੱਕਦੇ ਹੋ ਦਰਬਾਰ ਸਾਹਿਬ ਬਣ ਕੇ ਵਜ਼ੀਰ ਮੱਥਾ ਟੇਕਦੇ ਹੋ ਤੇ ਉਹ ਮਜਬੂਰੀ ਹੋ ਸਕਦੀ ਹੈ ਮਜਬੂਰੀ ਨਹੀਂ ਵਿਚਾਰਧਾਰਾ ਨਹੀਂ ਹੋ ਸਕਦੀ ਵਿਚਾਰਧਾਰਾ ਮਜਬੂਰੀ ਚਲੋ ਮਜਬੂਰੀ ਫਿਰ ਉਹਨਾਂ ਨੇ ਭਾਵਰ ਕਰਕੇ ਵਿਚਾਰਧਾਰਾ ਤੇ ਇੱਕ ਤੈਅ ਕਰ ਲਈ ਕਿ ਅਸੀਂ ਇਸ ਦੇਸ਼ ਨੂੰ ਕੀ ਮੰਨਦੇ ਹਾਂ ਇਹ ਦੇਸ਼ ਸਿੰਧੂ ਰਾਸ਼ਟਰ ਹੈ ਉੱਥੋਂ ਤੱਕ ਟੜਕਦੇ ਇਹ ਇਹ ਦੇਸ਼ ਉਹ ਕਹਿੰਦੇ ਆ ਨਾ ਇਹ ਦੇਸ਼ ਸਰਬ ਧਰਮ ਉਹ ਕਹਿੰਦੇ ਹੈਗੇ ਮੈਂ ਤਾਂ ਕਹਿੰਨ ਉਹਨਾਂ ਦੀ ਵਿਚਾਰਧਾਰਾ ਉਹ ਉਹ ਦੇਖੋ ਉਹ ਕੁਛ ਕਹੀ ਜਾਣ ਅਕਾਲੀ ਦਲ ਇਸ ਗੱਲ ਨਾਲ ਮਾਨਸਿਕ ਤੌਰ ਤੇ ਕਦੇ ਸਹਿਮਤ ਨਹੀਂ ਹੋ ਸਕਦਾ ਕਿ ਇੱਕ ਧਰਮ ਦਾ ਦੇਸ਼ ਹੈ ਹਰ ਧਰਮ ਵਾਲੇ ਨੂੰ ਆਪਣਾ ਧਰਮ ਮੰਨਣ ਦੀ ਉਹਦਾ ਪ੍ਰਚਾਰ ਕਰਨ ਦੀ ਬਿਨਾ ਕਿਸੇ ਦੂਜੇ ਧਰਮ ਨੂੰ ਹਰਟ ਕਰਨ ਦੇ ਪ੍ਰਚਾਰ ਕਰਨ ਦਾ ਹੱਕ ਹੈ ਇਹ ਹੱਕ ਕਿਸੇ ਤੋਂ ਖੋਇਆ ਨਹੀਂ ਜਾ ਸਕਦਾ ਧੰਨਵਾਦ ਗੁਰੇ ਸਾਹਿਬ ਬਹੁਤ ਬелਮੀਨੂ ਨੇ ਥੈਂਕ ਯੂ ਇਹ ਰਹਾ ਮੇਰੇ ਸਵਾਦ ਦਾ ਸਾਥੀ ਵਾਵਾ ਬ੍ਰਾਂਡ ਮਸਾਲੇ ਸਵਾਦ ਜੋ reh jaye ya ਵਾਵਾ ਬ੍ਰਾਂਡ ਮਸਾਲੇ ਸਵਾਦ ਜੋ reh jaye ya